ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਤੁਹਾਡਾ ਸਭ ਦਾ ਵੀਕਐਂਡ ਤੋਂ ਬਾਅਦ ਸਵਾਗਤ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣਾ ਵੀਕਐਂਡ ਖੂਬ ਇੰਜੋਏ ਕੀਤਾ ਹੋਊਗਾ। ਇਸ ਸ਼ੋਅ ਨੂੰ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਇਲਾਵਾ ਚੈਨਲ ਪੰਜਾਬੀ ਦੇ ਦਰਸ਼ਕ ਵੀ ਦੇਖ ਸਕਦੇ ਨੇ। ਅੱਜ ਆਪਾਂ ਗੱਲ ਕਰਾਂਗੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ, ਜੋ ਕਾਂਗਰਸ ਨੂੰ ਮੁੜ ਤੋਂ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੀ ਉਹਨਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਹੋ ਸਕਣਗੀਆਂ, ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ ਅਤੇ ਬਾਕੀ ਸਾਰਿਆਂ ਨਾਲ ਸਾਂਝੇ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਨਵੇਂ ਜੁੜੇ ਦਰਸ਼ਕਾਂ ਨੂੰ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ। ਕੈਨੇਡਾ ਦੇ ਕੁਝ ਹਿੱਸਿਆਂ 'ਚ ਇਸ ਸ਼ੋਅ ਨੂੰ ਸਾਡੇ ਦਰਸ਼ਕ ਲਾਈਵ ਹਾਲੀ ਨਹੀਂ ਦੇਖ ਸਕਦੇ ਅਤੇ ਇਸ ਵਿੱਚ ਹਿੱਸਾ ਵੀ ਨਹੀਂ ਲੈ ਸਕਦੇ, ਸਵਾਲ ਜਵਾਬ ਨਹੀਂ ਕਰ ਸਕਦੇ, ਪਰ ਇਹ ਸਿਰਫ ਥੋੜ੍ਹੇ ਦਿਨਾਂ ਦੀ ਗੱਲ ਹੀ ਹੈ। ਇਸ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ ਜੋ ਤੁਸੀਂ ਸਾਰੇ ਦਰਸ਼ਕ ਪੁਰਾਣੀ ਰਿਕਾਰਡਿੰਗ ਸੁਣ ਸਕਦੇ ਜੇ। ਵੈਸੇ ਪੁਰਾਣੇ ਸ਼ੋਅ ਜਿਹੜੇ ਨੇ ਉਹ ਯੂਟਿਊਬ 'ਤੇ ਉਪਲਬਧ ਨੇ। ਹੁਣ ਅੱਜ ਦਾ ਮਸਲਾ, ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੁਣ ਤੱਕ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਸੀ। 130 ਸਾਲ ਪੁਰਾਣੀ ਪਾਰਟੀ ਨੂੰ ਸਿਰਫ ਟੋਟਲ 543 ਲੋਕ ਸਭਾ ਸੀਟਾਂ 'ਚੋਂ 44 ਸੀਟਾਂ ਦੇ ਵਿੱਚ ਕਾਮਯਾਬੀ ਹਾਸਲ ਹੋਈ। ਇਸ ਦੇ ਨਾਲ ਉਸਦੀਆਂ ਭਾਈਵਾਲ ਪਾਰਟੀਆਂ ਜੋ UPA ਸਰਕਾਰ ਦਾ ਹਿੱਸਾ ਸਨ, ਉਹ ਵੀ ਇੱਕ ਤਰੀਕੇ ਨਾਲ ਮਾਂਝੀਆਂ ਗਈਆਂ। ਕਾਂਗਰਸ ਸਮੇਤ UPA ਨੂੰ ਸਿਰਫ 59 ਸੀਟਾਂ 59 ਸੀਟਸ ਹਾਸਲ ਹੋਈਆਂ। ਇਸ ਦੇ ਮੁਕਾਬਲੇ ਭਾਜਪਾ ਦਾ ਅਤੇ ਨਰਿੰਦਰ ਮੋਦੀ ਜਿਹੜੇ ਚੋਣਾਂ ਤੋਂ ਪਹਿਲਾਂ ਲੀਡਰ ਚੁਣੇ ਗਏ ਸਨ, ਉਹਨਾਂ ਦਾ ਪੂਰਾ ਬੋਲਬਾਲਾ ਇਹਨਾਂ ਚੋਣਾਂ ਦੇ ਵਿੱਚ ਨਜ਼ਰ ਆਇਆ। ਭਾਜਪਾ ਨੂੰ, ਜਿਵੇਂ ਤੁਹਾਨੂੰ ਪਤਾ ਹੀ ਆ, ਕਿ 282 ਅਤੇ NDA ਗਠਜੋੜ ਨੂੰ 336 ਸੀਟਾਂ ਹਾਸਲ ਹੋਈਆਂ। ਚੋਣਾਂ ਤੋਂ ਬਾਅਦ ਇੰਝ ਲੱਗ ਰਿਹਾ ਸੀ ਕਿ ਸੋਨੀਆ ਗਾਂਧੀ ਅਤੇ ਉਹਨਾਂ ਦੇ ਪੁੱਤਰ ਰਾਹੁਲ ਗਾਂਧੀ ਦਾ ਸਿਆਸੀ ਕੈਰੀਅਰ ਸ਼ਾਇਦ ਖਤਮ ਹੋਣ ਦੇ ਕਗਾਰ 'ਤੇ ਹੈ। ਕੁਝ ਕਾਂਗਰਸ ਲੀਡਰ ਨੇ ਤਾਂ ਇਹ ਵੀ ਮੰਗ ਕੀਤੀ ਸੀ ਕਿ ਉਹ ਆਪਣੇ ਅਹੁਦਿਆਂ ਤੋਂ ਹਟ ਜਾਣ ਅਤੇ ਕੁਝ ਦੇਰ ਵਾਸਤੇ ਜਾਂ ਹਟ ਜਾਣ ਜਾਂ ਪਾਸੇ ਹੋ ਜਾਣ। ਤੁਹਾਨੂੰ ਯਾਦ ਹੋਵੇਗਾ ਕਿ ਇਹੋ ਜਿਹੀ ਹੀ ਮੰਗ ਸਾਬਕਾ MP ਦੇ ਪੰਜਾਬ ਦੇ ਕਾਂਗਰਸ ਲੀਡਰ ਜਗਮੀਤ ਸਿੰਘ ਬਰਾੜ ਨੇ ਕੀਤੀ ਸੀ। ਉਹਨਾਂ ਨੂੰ ਇਹ ਕਹਿਣ ਵਾਸਤੇ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਸਸਪੈਂਸ਼ਨ ਥੋੜ੍ਹੇ ਦਿਨ ਪਹਿਲਾਂ ਹੀ ਰਿਵੋਕ ਕੀਤੀ ਗਈ ਹੈ। ਇਸ ਸਭ ਦੇ ਮੱਦੇਨਜ਼ਰ ਰਾਹੁਲ ਗਾਂਧੀ ਇੱਕਦਮ ਸਿਆਸੀ ਸੀਨ ਤੋਂ, ਜਦੋਂ ਇਹ ਸਭ ਕੁਝ ਹੋ ਰਿਹਾ ਸੀ ਅਤੇ ਸਾਲ ਦੇ ਆਪਣੇ 2015 ਦੇ ਪਹਿਲੇ ਹਿੱਸੇ 'ਚ ਉਹ ਸੀਨ ਤੋਂ ਗਾਇਬ ਹੋ ਗਏ। ਕਿਸੇ ਨੂੰ ਉਹਨਾਂ ਦਾ ਕੋਈ ਥੋਂ ਪਤਾ ਨਹੀਂ ਸੀ। ਬਾਅਦ 'ਚ ਪਤਾ ਲੱਗਾ ਕਿ ਉਹ ਸ਼ਾਇਦ ਥਾਈਲੈਂਡ ਵੱਲ ਵਿਪਾਸਨਾ ਵਾਸਤੇ ਗਏ ਸਨ। ਵਿਪਾਸਨਾ ਤੁਹਾਨੂੰ ਪਤਾ ਹੀ ਆ ਕਿ ਬੁੱਧ ਧਰਮ ਦਾ ਮੈਡੀਟੇਸ਼ਨ ਦਾ ਬੜਾ ਇਫੈਕਟਿਵ ਜ਼ਰੀਆ ਦੱਸਿਆ ਜਾਂਦਾ ਵਾ। ਕਰੀਬ 57 ਦਿਨਾਂ ਤੋਂ ਬਾਅਦ ਉਹ ਮਿਡ ਅਪ੍ਰੈਲ ਦੇ ਵਿੱਚ ਵਾਪਸ ਆਏ। ਜਦੋਂ ਵਾਪਸ ਆਏ ਤਾਂ ਇੱਕ ਨਵੇਂ ਰਾਹੁਲ ਗਾਂਧੀ ਨਜ਼ਰ ਆਏ। ਉਹਨਾਂ ਨੇ ਆਉਂਦਿਆਂ ਹੀ ਜਦੋਂ ਵਾਪਸ ਆਏ ਆ ਤਾਂ ਉਹਨਾਂ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਹਨਾਂ ਮੋਦੀ ਸਰਕਾਰ ਨੂੰ ਸੂਟ ਬੂਟ ਕੀ ਸਰਕਾਰ ਕਹਿ ਕੇ ਪੁਕਾਰਨਾ ਸ਼ੁਰੂ ਕਰ ਦਿੱਤਾ। ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਵੱਖਰੇ ਵੱਖਰੇ ਮਸਲਿਆਂ 'ਤੇ ਬਹੁਤ ਅਗਰੈਸਿਵ ਪੋਸਚਰ ਰਾਹੁਲ ਗਾਂਧੀ ਨੇ ਅਡੋਪਟ ਕੀਤਾ, ਯਾਨੀ ਬਹੁਤ ਸਾਰੇ ਮਸਲਿਆਂ 'ਤੇ ਉਹਨਾਂ ਨੇ ਸਰਕਾਰ ਉੱਪਰ ਤਿੱਖੇ ਹਮਲੇ ਕੀਤੇ। ਅਪ੍ਰੈਲ 'ਚ ਆਉਂਦਿਆਂ ਹੀ ਰਾਹੁਲ ਗਾਂਧੀ ਨੇ ਨਵੀਂ ਦਿੱਲੀ 'ਚ ਕਿਸਾਨਾਂ ਦੀ ਇੱਕ ਰੈਲੀ ਨੂੰ ਸੰਬੋਧਨ ਕੀਤਾ ਅਤੇ NDA ਸਰਕਾਰ ਵੱਲੋਂ ਭੂਮੀ ਗ੍ਰਹਿਣ ਬਿੱਲ, ਜਿਹੜਾ ਲੈਂਡ ਬਿੱਲ ਹੈ, ਲੈਂਡ ਐਕੁਜੀਸ਼ਨ ਬਿੱਲ ਜਿਹੜਾ ਵਾ, ਉਹਦੇ 'ਚ ਸੋਧਾਂ ਕਰਨ ਦੀ ਕੋਸ਼ਿਸ਼ ਦੀ ਤਿੱਖੀ ਆਲੋਚਨਾ
ਕੀਤੀ। ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਲੈਂਡ ਐਕੁਜ਼ੀਸ਼ਨ ਬਿੱਲ ਆ, ਇਹ ਪਹਿਲਾਂ 2013 ਦੇ ਵਿੱਚ UPA ਸਰਕਾਰ ਨੇ ਲਿਆਂਦਾ ਸੀ। NDA ਸਰਕਾਰ ਉਹਦੇ 'ਚ ਕੁਝ ਸੋਧਾਂ ਕਰ ਰਹੀ ਆ। ਇਸ ਬਿੱਲ ਨੂੰ ਲੈ ਕੇ ਉਹਨਾਂ ਨੇ ਮੁਲਕ ਦੇ ਕਈ ਹਿੱਸਿਆਂ ਦਾ ਦੌਰਾ ਵੀ ਕੀਤਾ, ਕਿਸਾਨਾਂ ਵਿੱਚ ਵਿਚਰੇ ਵੀ ਅਤੇ ਪਾਰਲੀਮੈਂਟ 'ਚ ਇਸ ਦਾ ਸਖਤ ਵਿਰੋਧ ਕੀਤਾ। ਅਸਲ 'ਚ ਪਾਰਲੀਮੈਂਟ ਨੂੰ ਉਹਨਾਂ ਆ ਜਿਹੜਾ ਹੁਣੇ ਸੈਸ਼ਨ ਹੋ ਕੇ ਹਟਿਆ ਵਾ, ਮੌਨਸੂਨ ਸੈਸ਼ਨ, ਇਹਨੂੰ ਚੱਲਣ ਹੀ ਨਹੀਂ ਦਿੱਤਾ। ਅਖੀਰ ਮੋਦੀ ਸਰਕਾਰ ਨੂੰ ਭੂਮੀ ਗ੍ਰਹਿਣ ਬਿੱਲ ਉੱਪਰ ਥੋੜ੍ਹਾ ਪਿੱਛੇ ਹਟਣਾ ਪਿਆ ਅਤੇ ਇਸ ਬਿੱਲ 'ਚ ਸੋਧਾਂ ਹੁਣ ਜਿਹੜਾ ਅਗਲਾ ਸੈਸ਼ਨ ਆ, ਵਿੰਟਰ ਸੈਸ਼ਨ, ਸਰਦੀਆਂ ਦਾ ਸੈਸ਼ਨ ਆ, ਉਹਦੇ 'ਚ ਵਿਚਾਰ ਚਰਚਾ ਵਾਸਤੇ ਹੁਣ ਲਿਆਂਦਾ ਜਾਊਗਾ। ਸੰਸਦ ਦੇ ਸੈਸ਼ਨ ਦੌਰਾਨ ਸੁਸ਼ਮਾ ਸਵਰਾਜ ਅਤੇ ਵਸੁੰਧਰਾ ਰਾਜੇ, ਵਸੁੰਧਰਾ ਰਾਜੇ ਰਾਜਸਥਾਨ ਦੇ CM ਹੈ, ਸੁਸ਼ਮਾ ਸਵਰਾਜ ਆਪਣੇ ਫੋਰਨ ਮਿਨਿਸਟਰ ਹੈ, ਇਹਨਾਂ ਦੇ ਅਤੇ IPL ਦੇ ਕਮਿਸ਼ਨਰ ਜਿਹੜੇ ਆ ਲਲਿਤ ਮੋਦੀ, ਇਹਨਾਂ ਦੇ ਮਸਲੇ ਨੂੰ ਲੈ ਕੇ ਰਾਹੁਲ ਗਾਂਧੀ ਬਹੁਤ ਸਰਗਰਮ ਦੇਖੇ ਗਏ। ਉਹੀ ਰਾਹੁਲ ਗਾਂਧੀ ਜਿਹਨਾਂ ਨੂੰ ਮੀਡੀਆ ਚੁੱਪ ਰਹਿਣ ਕਰਕੇ ਉਹਨਾਂ ਦਾ ਮਜ਼ਾਕ ਕਰਦਾ ਹੁੰਦਾ ਸੀ, ਮੁਖੌਲ ਕਰਦਾ ਹੁੰਦਾ ਸੀ, ਉਹਨਾਂ ਦੀ ਕੁਝ ਜਿਹੜਾ ਮੀਡੀਆ ਵਾ ਉਹ ਤਾਰੀਫ ਕਰਨ ਲੱਗ ਪਿਆ। ਹਾਂ, ਵਿਰੋਧੀ ਧਿਰ ਜ਼ਰੂਰ ਇਹ ਕਹਿੰਦੇ ਸੁਣੇ ਗਏ, ਜਿਵੇਂ ਪਿੱਛੇ ਜੇ ਅਰੁਣ ਜੇਟਲੀ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਬਿਨਾਂ ਜਾਣਕਾਰੀ ਦੇ ਆਪਣੇ ਆਪ ਨੂੰ ਮਾਰ ਦੱਸਦੇ ਆ, ਐਕਸਪਰਟ ਵਿਦਆਊਟ ਨੌਲੇਜ, ਇਹ ਵਰਡ ਉਹਨਾਂ ਨੇ ਅਰੁਣ ਜੇਟਲੀ ਨੇ ਉਹਨਾਂ ਦੇ ਬਾਰੇ ਇਸਤੇਮਾਲ ਕੀਤੇ। ਵਿਰੋਧੀ ਧਿਰ ਉਹਨਾਂ ਦੇ ਜੀਜਾ ਜਿਹੜੇ ਬ੍ਰਦਰ ਲਾਅ ਵਾ ਰੋਬਰਟ ਵਾਡਰਾ, ਜਿਹੜੇ ਪ੍ਰਿਯੰਕਾ ਗਾਂਧੀ ਦਾ ਹਸਬੈਂਡ ਆ, ਉਹਨਾਂ ਨੂੰ ਲੈ ਕੇ ਵੀ ਕਾਂਗਰਸ ਦੇ ਖਿਲਾਫ ਕਾਫੀ ਪ੍ਰਚਾਰ ਕਰ ਰਹੇ ਨੇ। ਰਾਹੁਲ ਗਾਂਧੀ ਪੰਜਾਬ ਵਿੱਚ ਵੀ 2-3 ਵਾਰੀ ਇਹਨਾਂ ਦਿਨਾਂ ਦੇ ਵਿੱਚ ਆਏ, ਇੱਥੇ ਕਿਸਾਨਾਂ ਵਿੱਚ ਵੀ ਉਹ ਵਿਚਰੇ ਵੀ। ਜਿਸ ਵੇਲੇ ਅਪ੍ਰੈਲ 'ਚ ਪਹਿਲੀ ਵਾਰੀ ਉਹ ਆਏ ਸਨ ਤਾਂ ਉਹ ਕਈ ਮੰਡੀਆਂ 'ਚ ਵੀ ਗਏ, ਉਹਨਾਂ ਉੱਥੇ ਮੰਡੀਆਂ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ। ਉਹਨਾਂ 'ਚੋਂ ਇੱਕ ਸੁਰਜੀਤ ਸਿੰਘ ਨਾਂ ਦੇ ਕਿਸਾਨ ਜੋ ਫਤਿਹਗੜ੍ਹ ਸਾਹਿਬ ਦੇ ਨੇੜੇ ਦੇ ਇੱਕ ਪਿੰਡ ਦੇ ਨੇ, ਉਹਨਾਂ ਬਾਅਦ ਦੇ ਵਿੱਚ ਖੁਦਕੁਸ਼ੀ ਕਰ ਲਈ। ਜਦੋਂ ਉਹਨਾਂ ਖੁਦਕੁਸ਼ੀ ਕਰ ਲਈ ਤਾਂ ਉਸਦੇ ਪਰਿਵਾਰ ਨੂੰ ਮਿਲਣ ਵਾਸਤੇ ਰਾਹੁਲ ਗਾਂਧੀ ਦੁਬਾਰਾ ਜੂਨ ਦੇ ਵਿੱਚ ਉਹਨਾਂ ਦੇ ਘਰ ਵੀ ਗਏ। ਜ਼ਾਹਿਰ ਹੈ ਕਿ ਉਹਨਾਂ ਦੀ ਕੋਸ਼ਿਸ਼ ਸੀ ਕਿ ਉਹ ਉਹਨਾਂ ਲੋਕਾਂ ਨੂੰ ਮਿਲਣ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ, ਉਹਨਾਂ ਦੀ ਮੁਸ਼ਕਲਾਂ ਦੇ ਵਿੱਚ ਇੱਕ ਤਰੀਕੇ ਨਾਲ ਭਾਗੀਦਾਰ ਬਣਨ। ਕੀ ਇਹ ਸਭ ਨਾਲ ਰਾਹੁਲ ਗਾਂਧੀ ਜੋ ਕਾਂਗਰਸ ਪਾਰਟੀ ਦੇ ਇਸ ਵੇਲੇ ਉਹ ਪ੍ਰਧਾਨ ਨੇ, ਉਹ ਪਾਰਟੀ ਨੂੰ ਮੁੜ ਤੋਂ ਸੁਰਜੀਤ ਕਰ ਸਕਦੇ ਨੇ? ਕੀ ਕਾਂਗਰਸ ਨੂੰ ਮੁੜ ਸੁਰਜੀਤ ਰਾਹੁਲ ਗਾਂਧੀ ਕਰ ਸਕਦੇ ਨੇ, ਯਾਨੀ ਰਿਵਾਈਵ ਕਰ ਸਕਦੇ ਨੇ? ਕੀ ਉਹ ਸਹੀ ਰਸਤੇ 'ਤੇ ਚੱਲਦੇ ਨਜ਼ਰ ਆ ਰਹੇ ਨੇ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜੇ ਆ, ਦੇਖਦੇ ਹਾਂ ਉਹ ਕੀ ਵਿਚਾਰ ਰੱਖਣੇ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੂਬੇਦਾਰ। ਹਾਂਜੀ ਸੂਬੇਦਾਰ ਜੀ, ਸਤਿ ਸ਼੍ਰੀ ਅਕਾਲ। ਦੇਖੋ ਜੀ, ਮੈਂ ਦੋ ਗੱਲਾਂ ਕਰਨੀਆਂ ਚਾਹਨਾ। ਇੱਕ ਤਾਂ ਤੁਹਾਡੇ ਮੀਡੀਆ ਬਾਰੇ ਜੀ ਕਿਹਾ ਜਾਂਦਾ ਕਿ ਜਿਹੜਾ ਮੀਡੀਆ ਹੈ ਚੌਥਾ ਥੰਮ ਹੈ ਜੀ, ਜਦਕਿ ਮੇਰੇ ਵਿਚਾਰ ਦੇ ਨਾਲ ਮੀਡੀਆ ਜਿਹੜਾ ਉਹ ਪਹਿਲਾ ਥੰਮ ਹੈ, ਕਿਉਂਕਿ ਹਰ ਗਰੀਬ ਦੀ ਅਮੀਰ ਦੀ ਆਵਾਜ਼ ਇੱਕ ਸਿਰਫ ਮੀਡੀਆ ਹੀ ਚੱਕਦਾ ਜੀ, ਤੇ ਉਹਦੇ ਨਾਲ ਹੀ ਸਰਕਾਰਾਂ ਆਪਣੀ ਬੇਤਬੰਦੀ ਕਰਦੀਆਂ। ਜਿਸ ਤਰ੍ਹਾਂ ਹੁਣ ਤੁਹਾਡਾ ਚੈਨਲ ਹੈ, ਮੇਰੇ ਵਰਗਾ ਬੰਦਾ ਵੀ ਆਪਣੀ ਸਿੱਧੀ ਦਿਲ ਖੋਲ ਕੇ ਗੱਲ ਕਰ ਲੈਂਦਾ ਜੀ, ਹਾਲਾਂਕਿ ਮੈਂ ਕੋਈ ਇਦਾਂ ਦੇ ਕਾਬਲ ਆਪਣੇ ਆਪ ਤੋਂ ਨਹੀਂ ਗਿਣਦਾ, ਤੇ ਲੇਕਿਨ ਫਿਰ ਵੀ ਮੇਰੇ ਵਰਗੇ ਬੰਦਿਆਂ ਨੂੰ ਵੀ ਤੁਸੀਂ ਮੌਕਾ ਦਿੰਦੇ ਆ ਜੀ। ਤੇ ਨੰਬਰ 2 ਮੈਂ ਮੋਦੀ ਸਾਹਿਬ ਬਾਰੇ ਗੱਲ ਕਰੂੰਗਾ। ਮੋਦੀ ਸਾਹਿਬ ਨੇ 86 ਮਿੰਟ ਦਾ ਭਾਸ਼ਣ ਜਿਹੜਾ ਲਾਲ ਕਿਲੇ ਤੋਂ ਦਿੱਤਾ, ਉਹਦੇ ਵਿੱਚ ਨਾ ਕਿਸਾਨਾਂ ਨੂੰ, ਨਾ ਜਵਾਨਾਂ ਨੂੰ, ਨਾ ਮਜ਼ਦੂਰਾਂ ਨੂੰ, ਨਾ ਨੌਕਰੀ ਪੇਸ਼ਾ ਵਾਲਿਆਂ ਨੂੰ ਕੀ ਦਿੱਤਾ, ਸਿਵਾਏ ਜੁਮਲੇਬਾਜ਼ੀ ਦੇ ਇਲਾਵਾ ਸਿਰਫ ਤੇ ਸਿਰਫ ਮੇਰੇ ਪਿਆਰੇ ਭੈਣ ਭਰਾਵੋ ਤੇ ਦੇਸ਼ ਵਾਸੀਓ, ਤੇ ਉਹਨੇ ਦਿੱਤਾ ਕੱਖ ਨਹੀਂ। ਨੰਬਰ 2, ਉਹ ਜਿਸ ਵੀ ਮੁਲਕ ਦੇ ਵਿੱਚ ਜਾਂਦਾ ਉੱਥੇ ਦੇ ਗੀਤ ਗਾਉਂਦਾ। ਅਮਰੀਕਾ ਆਇਆ ਤੇ ਉਹਨੂੰ ਅਵਾਮਾ ਬਹੁਤ ਚੰਗਾ ਲੱਗਿਆ, ਇੱਦਾਂ ਹੀ ਘੁੰਮਦੇ ਘੁੰਮਾਉਂਦੇ ਉਹ ਹੁਣ ਡੁਬਈ ਗਿਆ। ਉਹਦਾ ਕੋਈ ਏਜੰਡਾ ਨਹੀਂ ਹੈਗਾ, ਸਭ ਤੋਂ ਬੇਕਾਰ ਔਰ ਮਕਾਰ ਪ੍ਰਧਾਨ ਮੰਤਰੀ ਹੈ। ਉਹ ਸਿਰਫ ਡੁਬਈ 'ਚ ਗਿਆ ਤਾਂ ਉਹ ਜਿਹੜੀ ਬੁਰਜ ਖਲੀਫਾ ਬਿਲਡਿੰਗ ਹੈ ਉਹਨੂੰ ਦੇਖਣ ਗਿਆ,
ਹੋਰ ਉਹਦਾ ਕੋਈ ਮਤਲਬ ਨਹੀਂ ਹੈਗਾ, ਚਾਹੇ ਉੱਥੇ 50,000 ਬੰਦਾ ਇਕੱਠਾ ਕਰ ਲਏ, ਚਾਹੇ ਉੱਥੇ 2,00,000 ਬੰਦਾ ਕਰ ਲਏ। ਅਤੇ ਇਹਦੇ ਨਾਲ ਫਿਰ ਮਨਮੋਹਨ ਸਿੰਘ ਨੂੰ ਕਹਿੰਦਾ ਸੀਗਾ ਬਈ ਬਾਰਡਰ ਦੇ ਉੱਤੇ ਪਾਕਿਸਤਾਨ ਸਿਰ ਵੱਢ ਕੇ ਲੈ ਗਿਆ ਜਵਾਨਾਂ ਦੇ, ਤਾਂ ਮਨਮੋਹਨ ਸਿੰਘ ਬਰਿਆਨੀ ਖਾ ਰਿਹਾ। ਉਹ ਤਾਂ 18 ਪਾਰਟੀਆਂ ਦਾ ਪ੍ਰਧਾਨ ਮੰਤਰੀ ਸੀ, ਲੇਕਿਨ ਇਹ ਇਕੱਲੀ ਪਾਰਟੀ ਦਾ ਪ੍ਰਧਾਨ ਮੰਤਰੀ, ਜਦੋਂ ਕਿ ਹੁਣ ਤੁਸੀਂ ਦੇਖੋ ਪਿਛਲੇ 1-2 ਮਹੀਨਿਆਂ ਦੇ ਵਿੱਚ ਹਰ ਰੋਜ਼ ਫੌਜੀ ਮਾਰੇ ਜਾਂਦੇ ਆ, ਫੌਜੀ ਕੀ ਬਲਕਿ ਸਿਵਲੀਅਨ ਵੀ ਮਾਰੇ ਜਾ ਰਹੇ ਆ, ਹੈ ਜੀ। ਤਾਂ ਮੋਦੀ ਸਾਹਿਬ ਹੁਣ ਕਿੱਥੇ ਆ? ਹੁਣ ਤਾਂ ਮੋਦੀ ਸਾਹਿਬ ਦੀ ਇਹ ਗੱਲ ਆ ਕਿ ਉਹ ਬਰਿਆਨੀ ਖਾਂਦਾ ਸੀ, ਇਹ ਪਾਕਿਸਤਾਨ ਦੇ ਆ ਵਜੂਬ ਦਾ, ਹੈ ਜੀ ਪਾਕਿਸਤਾਨ। ਸੁਬੇਦਾਰ ਜੀ ਬਹੁਤ ਬਹੁਤ ਮਿਹਰਬਾਨੀ, ਮੈਂ ਸੁਬੇਦਾਰ ਜੀ ਦੀ ਗੱਲ ਸੁਣ ਕੇ ਮੈਨੂੰ ਯਾਦ ਆ ਗਿਆ, ਇਹ ਨੋਰਮਲੀ ਕਹਿੰਦੇ ਹੁੰਦੇ ਆ ਵੀ ਅਸੀਂ 1 rank 1 pension 'ਤੇ ਅਪਡੇਟ ਵੀ ਦਈਏ। 1 rank 1 pension 'ਤੇ ਜਿਹੜੀ ਰੋਸ ਮੁਜ਼ਾਹਰੇ ਆ ਉਹ ਹਾਲੀ ਵੀ ਚੱਲ ਰਹੇ ਆ। 14 ਅਗਸਤ ਨੂੰ ਇਹ ਕੋਸ਼ਿਸ਼ ਕੀਤੀ ਗਈ ਸੀਗੀ ਕਿ ਫੌਜੀਆਂ ਦੀ ਜਿਹੜੀ ਉੱਥੇ ਪ੍ਰੋਟੈਸਟ ਹੋ ਰਹੀ ਆ ਉਹਨੂੰ ਉੱਥੋਂ ਹਟਾਉਣ ਦੀ, ਉਹਦੇ 'ਚ ਥੋੜ੍ਹੀ ਬਹੁਤ ਉੱਥੇ ਗੜਬੜੀ ਵੀ ਹੋਈ, ਔਰ ਉਸ ਦਿੱਲੀ ਪੁਲਿਸ ਦੀ ਕਾਫੀ ਆਲੋਚਨਾ ਹੋ ਰਹੀ ਆ ਵੀ ਉਹਨਾਂ ਨੂੰ ਫੌਜੀਆਂ ਉਹਨਾਂ ਨੂੰ ਧੱਕੇ ਧੋਕੇ ਕਿਉਂ ਮਾਰੇ। ਇਸ ਮਸਲੇ ਨੂੰ ਲੈ ਕੇ 10 ਸਾਬਕਾ ਆਰਮੀ ਚੀਫ ਉਹਨਾਂ ਨੇ ਕੱਲ੍ਹ ਖੁੱਲ੍ਹੀ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨੂੰ ਕਿ ਇਸ ਮਸਲੇ 'ਚ ਉਹ ਦਖਲ ਦੇਣ। ਇਸ ਤੋਂ ਪਹਿਲਾਂ 4 ਪਹਿਲੇ ਚੀਫਸ, ਉਹਨਾਂ 'ਚੋਂ 1 ਆਰਮੀ ਚੀਫ ਅਤੇ 3 ਨੇਵਲ ਚੀਫਸ ਨੇ ਵੀ ਪ੍ਰਧਾਨ ਮੰਤਰੀ ਨੂੰ ਇਹ ਖੁੱਲ੍ਹੀ ਚਿੱਠੀ ਲਿਖੀ ਸੀ ਕਿ ਉਹ ਦਖਲ ਦੇ ਕੇ ਇਹ ਮਸਲੇ ਨੂੰ ਹੱਲ ਕਰਨ, ਔਰ ਜੋ ਦਿੱਲੀ ਦੇ ਵਿੱਚ ਜੋ ਇਹਨਾਂ ਨੇ ਫੌਜੀਆਂ ਨੂੰ ਧੱਕੇ ਮਾਰੇ ਗਏ ਪੁਲਿਸ ਵੱਲੋਂ ਉਹਦੀ ਇਨਕੁਆਇਰੀ ਹੋਵੇ। ਸੋ ਇਹ ਅਪਡੇਟ ਆ, ਜਿਵੇਂ ਸੁਬੇਦਾਰ ਸਾਹਿਬ ਕਹਿ ਰਿਹਾ ਵੀ ਆਸ ਕਰ ਰਹੇ ਸਨ ਫੌਜੀ ਕਿ ਉਸ ਦਿਨ ਕੋਈ ਫੌਜੀਆਂ ਵਾਸਤੇ ਜਿਹੜਾ 1 rank 1 pension ਹੈ ਉਹਨੂੰ ਲਾਗੂ ਕਰਨ ਦਾ ਜਿਹੜਾ ਸਿਲਸਿਲਾ ਵਾ ਉਹਦੀ ਕੋਈ ਨਾ ਕੋਈ ਤਾਰੀਖ ਮਿੱਥੀ ਜਾਊਗੀ, ਉਹ ਨਹੀਂ ਹੋਈ, ਇਸ ਕਰਕੇ ਫੌਜੀਆਂ ਦੇ ਵਿੱਚ ਕਾਫੀ ਨਿਰਾਸ਼ਾ ਵਾ। ਸੁਬੇਦਾਰ ਜੀ ਬਹੁਤ ਬਹੁਤ ਧੰਨਵਾਦ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਆਪਣਾ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਚੰਦੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਬੜਾ ਵਧੀਆ ਮੰਨਦੇ ਹੁੰਦੇ ਪ੍ਰੋਗਰਾਮ, ਮਿਹਰਬਾਨੀ ਜੀ। ਕੌਣ ਬੋਲ ਰਹੇ ਤੁਸੀਂ? ਭਾਰਤ ਤੋਂ ਕਿਹਾ ਵਾ ਰਾਹੁਲ ਗਾਂਧੀ ਤੋਂ ਪ੍ਰਧਾਨ ਕੀ ਛੱਡਦੇ, ਮੈਂ ਹਿਸਾਬ ਦਾ ਇਹਦੇ ਕੋਲ ਕੱਖ ਬਣਨਾ, ਇਹਨੂੰ ਨਾ ਛਪੀਜ ਆਉਂਦੀ ਕਰਨ ਦੀ, ਗੁੱਛਾ ਨਾ ਕਿਸੇ ਮਤਾਂ ਦੀ ਗੱਲ, ਇਹ ਐਵੇਂ ਪ੍ਰਧਾਨ ਬਣਾ ਜਿੱਦਾਂ ਇੰਦਰਾ ਗਾਂਧੀ ਨੂੰ ਤੁਰਿਆ ਆਉਂਦਾ, ਇੰਦਰਾ ਗਾਂਧੀ ਨੂੰ ਚਲੋ ਕੁਛ ਕੀਤਾ ਪਰ ਇਹ ਤਾਂ ਬਿਲਕੁਲ ਨਹੀਂ, ਇਹਨੂੰ ਛਪੀਜ ਕਰਨੀ ਨਹੀਂ ਆਉਂਦੀ, ਇਹ ਇੰਨਾ ਛਪੀਜ ਕਰਦਾ ਮੋਟੀ ਵੀ ਹੋਰ ਤਰ੍ਹਾਂ ਦੀ ਗੱਲ ਕਰਦਾ, ਮਤਲਬ ਇਹਨੂੰ ਬਰਦਾਸ਼ਤ ਨਹੀਂ ਕੋਈ ਕਰ ਸਕਦਾ। ਜੀ ਭਾਈ ਸਾਹਿਬ ਕੌਣ ਬੋਲ ਰਹੇ ਤੁਸੀਂ? ਹਾਂਜੀ, ਕੌਣ ਬੋਲ ਰਹੇ ਤੁਸੀਂ? ਮੈਂ ਬਲਦੇਵ ਸਿੰਘ ਬੋਲਣ ਡਿਆ ਮਕਰਾਣਾ ਤੋਂ। ਅੱਛਾ ਬਲਦੇਵ ਸਿੰਘ, ਮੈਂ ਸਮੀਚਾ ਇਹਦੀਆਂ ਕਈ ਉਹਦੀਆਂ ਵੇਖਿਆ, ਇਹਦੀ ਮੋਟੀ ਬੋਲੀ ਆ, ਇਹ ਕਿਸੇ ਮਿਠਾਸ ਆ ਨਹੀਂ ਬੋਲੀ 'ਚ। ਓਕੇ ਓਕੇ, ਇਹ ਤੁਸੀਂ ਰਾਹੁਲ ਗਾਂਧੀ ਦੀ ਗੱਲ ਕਰ ਰਹੇ? ਹੈਲੋ, ਰਾਹੁਲ ਗਾਂਧੀ ਦੀ ਗੱਲ ਕਰ ਰਹੇ? ਰਾਹੁਲ ਗਾਂਧੀ ਨੂੰ ਮੈਂ ਕਰਨ ਡਿਆ, ਰਾਹੁਲ ਗਾਂਧੀ ਦੀ, ਰਾਹੁਲ ਗਾਂਧੀ ਦੀ ਕਰਨ ਡਿਆ। ਓਕੇ, ਹੋਰ? ਸੋ ਤੁਹਾਨੂੰ ਲੱਗਦਾ ਵਾ ਵੀ ਇਹਨਾਂ ਦਾ ਕੋਈ ਸਿਆਸਤ ਦੇ ਵਿੱਚ ਭਵਿੱਖ ਹੈ ਨਹੀਂਗਾ? ਨਾ ਚਾਹਤ, ਇਹਨੂੰ ਬੋਲਣ ਦਾ ਨਹੀਂ ਪਤਾ ਕਿ ਢੰਗ ਕੇ ਨਾ ਬੋਲਣਾ, ਕੀ ਬੋਲਣਾ, ਮਿਠਾਸ ਹੈ ਜ਼ਬਾਨ 'ਚ ਦੇ ਮਿਠਾ। ਮਿਹਰਬਾਨੀ ਮਿਹਰਬਾਨੀ ਬਲਦੇਵ ਸਿੰਘ ਜੀ, ਇੱਕ ਹੋਰ ਸੱਜਣ ਨੇ, ਦੇਖਦੇ ਹਾਂ ਉਹ ਬਲਦੇਵ ਸਿੰਘ ਨਾਲ ਐਗਰੀ ਕਰਦੇ ਕਿ ਨਹੀਂ ਕਰਦੇ ਕਿ ਇਹਨਾਂ ਦੀ ਆਵਾਜ਼ ਦੇ ਵਿੱਚ ਮਿਠਾਸ ਹੈ ਨਹੀਂ, ਬੋਲਣਾ ਹੀ ਨਹੀਂ ਇਹਨਾਂ ਨੂੰ ਆਉਂਦਾ। ਰਾਹੁਲ ਗਾਂਧੀ ਬੜੀ ਤਿੱਖੀ ਆਲੋਚਨਾ ਕੀਤੀ ਉਹਨਾਂ ਨੇ, ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਜਿਹੜੇ ਆ ਉਹ ਇਸ ਮਸਲੇ ਬਾਰੇ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਤੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਪ੍ਰਗਟ ਜੀ, ਕੀ ਹਾਲ ਜੇ? ਪੂਰੀ ਕਿਰਪਾ ਤੁਹਾਡੀ ਜੀ। ਹਾਂਜੀ ਹਾਂਜੀ, ਦੱਸੋ ਇਸ ਮਸਲੇ 'ਤੇ ਤੁਹਾਡਾ ਕੀ ਖਿਆਲ ਹੈ ਵੀ ਰਾਹੁਲ ਗਾਂਧੀ ਜਿਹੜੇ ਆ ਦੁਬਾਰਾ ਕਾਂਗਰਸ ਪਾਰਟੀ ਨੂੰ ਰਿਵਾਈਵ ਕਰ ਸਕਣਗੇ, ਮੁੜ ਸੁਰਜੀਤ ਕਰ ਸਕਣਗੇ? ਉਹ ਇੱਦਾਂ ਜੀ, ਜਦੋਂ ਵੀ ਦੁਸ਼ਮਣ ਦਾ ਜਿਹੜਾ ਨਾ ਝੂਠ ਸਾਹਮਣੇ ਆ ਜਾਂਦਾ, ਦੁਨੀਆ ਆਪੇ ਨਾਲ ਜੁੜ ਜਾਂਦੀ ਹੈ ਜੀ। ਓਕੇ, ਤੁਸੀਂ ਵੇਖੋ ਮੋਦੀ ਨੂੰ ਵੀ ਕੋਈ ਲੀਡਰ ਨਹੀਂ ਹੈਗਾ, ਉਹਨੂੰ ਲੋਕਾਂ ਹੀ ਲੀਡਰ ਬਣਾਇਆ,
ਤੇ ਜਦੋਂ ਉਹਦਾ ਜੋ ਜੋ ਝੂਠ ਕਾੜੀ ਆਈ ਜਾਂਦਾ, ਹੁਣ ਉਹ ਫੌਜੀਆਂ ਨਾਲ ਵਾਅਦਾ ਕਰਕੇ ਧੱਕੇ ਮਾਰਨ ਡਿਆ, ਤੇ ਉਹ ਜਦੋਂ ਦੁਨੀਆਂ ਖਿਲਾਫ਼ ਹੋ ਗਈ, ਆਪੇ ਕਿਹੜੇ ਕਿੱਧਰ ਜਾਣਾ ਫਿਰ ਪਾਰਟੀ ਤੇ ਇਹੋ ਹੀ ਆ, ਜਿਹੜਾ ਮਰਜ਼ੀ ਲੀਡਰ ਬਣ ਜਾਏ ਜੀ। ਓਕੇ, ਤੇ ਬਾਕੀ ਵਧੀਆ ਕਰ ਰਿਹਾ, ਇਹ ਤੋਂ ਇਹ ਪਰਿਵਾਰ ਤੋਂ ਬਗੈਰ ਅੱਗੇ ਛੱਡ ਕੇ ਨਾ ਵੇਖੀ ਆ ਕਿੰਨੀ ਖੋਹ ਮਾਈ ਪੈ ਗਈ, ਬਣਿਆ ਉਦੋਂ ਵੀ ਕੁਝ ਨੀ ਹੈਗਾ। ਸੋ ਤੁਹਾਨੂੰ ਲੱਗਦਾ ਵਾ ਵੀ ਜਿਹੜੇ ਰਸਤੇ 'ਤੇ ਉਹ ਚੱਲ ਰਹੇ ਆ, ਔਰ ਖਾਸ ਕਰਕੇ ਜਿਹੋ ਜੀ ਤੁਹਾਡੇ ਹਿਸਾਬ ਨਾਲ ਮੋਦੀ ਦੀ ਕਾਰਗੁਜ਼ਾਰੀ ਆ, ਉਸ ਹਿਸਾਬ ਨਾਲ ਰਾਹੁਲ ਗਾਂਧੀ ਵਾਪਸ ਆ ਸਕਦੇ ਆ ਔਰ ਪਾਰਟੀ ਨੂੰ ਦੁਬਾਰਾ ਇੱਕ ਤਰੀਕੇ ਨਾਲ ਰਿਵਾਈਵ ਕਰ ਸਕਦੇ ਆ? ਨਹੀਂ, ਇਹਨੇ ਨਹੀਂ ਕਰਨਾ ਜੀ, ਮੋਦੀ ਹੋਣਾ ਦੀ ਪਾਰਟੀ ਨਹੀਂ, ਇਹ ਕਾਂਗਰਸ ਦੇ ਪੈਰ ਲਾਉਣੇ ਆ। ਜਦੋਂ ਆਪਣੀ ਪੈਰੀ ਦਾ ਪਾਣੀ ਓਵਰਫਲੋ ਹੋ ਜਾਂਦਾ ਨਾ, ਤੇ ਗੁਆਂਢੀਆਂ ਦੇ ਘਰ ਜਿੰਨੇ ਮਰਜ਼ੀ ਨੱਕੇ ਬੰਨ ਲਓ, ਮਾੜਾ ਵੀ ਕਿਸਾਨ ਹੋਵੇ ਉਹਦੇ 'ਚ ਜਾ ਕੇ ਬਦੋ ਬਦੀ ਪਾਣੀ ਪੈ ਜਾਂਦਾ। ਉਹੀ ਹਾਲ ਪੋਲੀਟੀਸ਼ੀਅਨ ਰਾਜਨੀਤੀ ਦਾ, ਜਦੋਂ ਇੱਕ ਪਾਰਟੀ ਤੋਂ ਲੋਕੀ ਦੁਖੀ ਹੋ ਜਾਂਦੇ ਤੇ ਫਿਰ ਕਿੱਧਰ ਜਾਣਾ, ਫਿਰ ਇਹਨਾਂ ਲਈ ਜਾਣਾ, ਭਾਵੇਂ ਰਾਹੁਲ ਗਾਂਧੀ ਹੋਵੇ। ਰਾਜ ਨਾਰਾਇਣ ਨੇ ਇੰਦਰਾ ਗਾਂਧੀ ਜੀ ਨੂੰ, ਸ੍ਰੀਮਤੀ ਇੰਦਰਾ ਗਾਂਧੀ ਜੀ ਨੂੰ ਹਰਾਤਾ ਸੀਗਾ ਜੀ। ਸੋ ਮੈਂ ਸਮਝ ਗਿਆ ਤੁਹਾਡੀ ਗੱਲ ਪ੍ਰਗਟ ਜੀ, ਕਿ ਨਰਿੰਦਰ ਮੋਦੀ ਨੇ ਆਪਣੇ ਆਪ ਹੀ ਕਾਂਗਰਸ ਨੂੰ ਰਿਵਾਈਵ ਕਰ ਦੇਣਾ। ਬਹੁਤ ਬਹੁਤ ਮਿਹਰਬਾਨੀ, ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਜਿਹੜੇ ਆ ਉਹ ਇਸ ਬਾਰੇ ਕੀ ਆਪਣਾ ਦ੍ਰਿਸ਼ਟੀਕੋਣ ਦੇਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮੈਂ ਸੁਦਰਸ਼ਨਜੀਤ ਸਿੰਘ ਬੋਲ ਰਿਹਾ। ਹਾਂਜੀ ਭਾਈ ਸਾਹਿਬ, ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ। ਮੈਂ ਅਰੀਜ਼ੋਨਾ ਤੋਂ ਬੋਲ ਰਿਹਾ। ਹਾਂਜੀ ਹਾਂਜੀ, ਜਿਹੜਾ ਸਟੇਸ਼ਨ ਮੌਨਸੂਨ ਦਾ ਵਾਈਪ ਆਊਟ ਹੋਇਆ, ਇਹ ਸਾਰੇ ਬਲੇਮ ਕਰਦੇ ਨੇ ਕਾਂਗਰਸ ਨੂੰ, ਮਗਰ ਹੋਇਆ ਮੋਦੀ ਸਾਹਿਬ ਦੇ ਆਪਣੇ ਉੱਤੇ। ਇਹਨਾਂ ਨੇ ਇੱਕ ਲਫ਼ਜ਼ ਨਹੀਂ ਬੋਲਿਆ ਕਿ ਵੀ ਮੈਂ ਇਹ ਜਿਹੜੇ ਇਸ਼ੂ ਨੇ ਇਹਨਾਂ ਦੇ ਕੀ ਵਿਚਾਰ ਹੈ, ਮੈਂ ਕੁਛ ਕਰਨਾ ਚਾਹੁੰਦਾ। ਹੀ ਕੈਪਟ ਹਿਸ ਮਾਊਥ ਸ਼ਟ, ਨਥਿੰਗ ਸੈਡ। ਉਹ ਕਹਿੰਦਾ ਮੈਂ ਗੁੱਡ ਗਵਰਨੈਂਸ ਕਰਨੀ ਹੈ, ਸਾਹਮਣੇ ਸਭ ਕੁਛ ਪਿਆ ਹੈ। ਹੀ ਨੋਜ਼ ਇਟ ਕੀ ਹੋ ਰਿਹਾ, ਬਟ ਹੀ ਕੈਪਟ ਸਾਇਲੈਂਸ। ਬਾਹਰ ਜਾ ਕੇ ਇੱਕੋ ਪ੍ਰੋਪਗੰਡਾ ਕਰਦਾ ਕਿ ਮੈਂ ਕੀ ਕੁਛ ਕਰ ਰਿਹਾ, ਇਹਦੀ ਹੋਮੇ ਜਿਹੜੀ ਹੈ ਇਸ ਨੂੰ ਜ਼ਰੂਰ ਮਾਰੇਗੀ। ਬਿਲਕੁਲ ਬਿਲਕੁਲ, ਇਹਦੇ 'ਚ ਕਾਫੀ ਜੋ ਰਾਏ ਤੁਹਾਡੀ ਆ, ਇਹ ਕਾਫੀ ਲੋਕਾਂ ਦੀ ਇਹ ਰਾਏ ਆ ਕਿ ਨਰਿੰਦਰ ਮੋਦੀ ਨੂੰ, ਪ੍ਰਧਾਨ ਮੰਤਰੀ ਨੂੰ ਕੁਝ ਜਿਹੜੇ ਇੰਪੋਰਟੈਂਟ ਸਿਆਸੀ ਮਸਲੇ ਆ ਉਹਨਾਂ 'ਤੇ ਆਪਣੇ ਵਿਚਾਰ ਜਿਹੜੇ ਆ ਜ਼ਰੂਰ ਪ੍ਰਗਟ ਕਰਨੇ ਚਾਹੀਦੇ ਸੀ, ਇੰਟਰਵੀਨ ਕਰਨਾ ਚਾਹੀਦਾ ਸੀ ਡਿਬੇਟ ਦੇ ਵਿੱਚ। ਔਰ ਇਹ ਵੀ ਫੀਲਿੰਗ ਹੈ ਕਿ ਜਿਹੜੇ ਉਹਨਾਂ ਦੇ ਦਾਗੀ ਮੰਤਰੀ ਆ ਉਹਨਾਂ ਦੇ ਖਿਲਾਫ਼ ਇਨਕੁਆਇਰੀ ਕਰਕੇ ਉਹਨਾਂ ਨੂੰ ਪਾਸੇ ਵੀ ਕਰਨਾ ਚਾਹੀਦਾ ਸੀ। ਸੋ ਇਹ ਕਾਫੀ ਲੋਕਾਂ ਦੀ ਫੀਲਿੰਗ ਆ, ਔਰ ਸ਼ਾਇਦ ਉਹੀ ਲੋਕਾਂ ਦੀ ਫੀਲਿੰਗ ਆ ਕਿ ਉਹਨਾਂ ਦੀ ਆਪਣੀਆਂ ਪੋਲਿਸੀਜ਼ ਕਰਕੇ ਹੀ ਹੌਲੀ ਹੌਲੀ ਜਿਹੜੀ ਆ ਕਾਂਗਰਸ ਜਿਹੜੀ ਆ ਉਹ ਰਿਵਾਈਵ ਹੋ ਸਕਦੀ ਹੈ। ਬਹੁਤ ਬਹੁਤ ਮਿਹਰਬਾਨੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਆਪਣਾ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਜੀਤ ਬੋਲ ਰਿਹਾ ਜੀ, ਕੈਲੀਫੋਰਨੀਆ। ਹਾਂਜੀ ਅਮਰਜੀਤ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਹਾਂਜੀ, ਜਿਹੜੇ ਰਾਹੁਲ ਗਾਂਧੀ ਨੇ ਜੀ, ਦੇਖੋ ਵੀ ਇਹ ਹੁਣ ਤਾਂ ਫਤਿਹਗੜ੍ਹ ਜਾ ਕੇ ਸੁਰਜੀਤ ਸਿੰਘ ਦੇ ਘਰ ਵੀ ਜਾ ਕੇ ਅਫਸੋਸ ਵੀ ਕੀਤਾ ਤੇ ਸਭ ਕੁਛ ਕੀਤਾ ਜੀ, ਪਰ ਇਹ ਜਿਹੜੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਇਹ ਕੋਈ ਆਪਣੇ ਇਹ ਹੁਣ ਰੀਸੈਂਟਲੀ ਨਹੀਂ, ਇਹ ਤਾਂ ਕਾਂਗਰਸ ਦੇ ਟਾਈਮ ਵੀ ਇਹ ਪੰਜਾਬ ਦੇ ਵਿੱਚ ਹੋਰ ਜਗ੍ਹਾ ਤੇ ਵੀ ਬਹੁਤ ਖੁਦਕਸ਼ੀਆਂ ਕਿਸਾਨਾਂ ਨੇ ਕੀਤੀਆਂ ਨੇ, ਤੇ ਉਦੋਂ ਇਹ ਕਿੰਨਾ ਕੁ ਜਾਂਦਾ ਸੀ। ਤੇ ਦੂਸਰੀ ਗੱਲ ਮੈਂ ਕਹੂੰਗਾ ਕਿ ਇੱਕ ਵਾਰ ਆਪਣੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਕਿਸੇ ਫੋਰਨ ਦੇ ਟੂਰ ਤੇ ਸੀਗੇ ਜੀ, ਤੇ ਇਹਨਾਂ ਨੇ ਇੱਕ ਬਿੱਲ ਪਾੜ ਕੇ ਰੱਦੀ ਦੀ ਆਪਣੇ ਰੱਦੀ ਦੇ ਬਿੰਨ 'ਚ ਸੁੱਟਿਆ ਸੀ, ਤੇ ਇਹ ਕਿਹਾ ਸੀ ਕਿ ਇਹ ਬਕਵਾਸ ਹੈ ਜੀ, ਇਸ ਨੂੰ ਪੋਲੀਟਿਕਸ ਦਾ ਕੋਈ ਪਤਾ ਨਹੀਂ। ਫਿਰ ਤੀਸਰੀ ਗੱਲ ਦੇਖੋ, ਇਹ ਜਿਹੜਾ
ਵਨ ਰੈਂਕ ਵਨ ਪੈਨਸ਼ਨ ਦਾ ਜਿਹੜਾ ਮੁੱਦਾ, ਇਹ ਕੋਈ ਸਾਲ ਤੋਂ ਨਹੀਂ, ਦਸਾਂ ਸਾਲਾਂ ਤੋਂ ਨਹੀਂ, ਵੀਹਾਂ ਸਾਲਾਂ ਤੋਂ ਨਹੀਂ, ਇਹਨੂੰ ਘੱਟੋ ਘੱਟ 40 ਸਾਲ ਹੋ ਗਏ ਨੇ ਚੱਲਦੇ ਆ ਰਹੇ ਨੂੰ ਜੀ। ਅਤੇ ਇਹਨਾਂ ਨੇ 2 ਟਰਮਾਂ ਰੂਲ ਕੀਤਾ ਇੰਡੀਆ ਨੂੰ, ਅਤੇ ਉਦੋਂ ਇਹਨਾਂ ਨੇ ਕੀ ਕੀਤਾ, ਹੁਣ ਇਹ ਓ ਆਰ ਓ ਪੀ ਦੀ ਟੋਪੀ ਲੈ ਕੇ ਆ ਗਿਆ ਉੱਥੇ ਜੰਤਰ ਮੰਤਰ 'ਤੇ ਰੌਲਾ ਪਾਉਂਦਾ, ਹਾਂਜੀ, ਕਿਉਂਕਿ ਹੁਣ ਆਪੋਜੀਸ਼ਨ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਨੇ, ਅਤੇ ਹੁਣ ਇਹਨਾਂ ਦੀ ਫੱਟੀ ਪੋਚੀ ਹੋਈ ਆ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਐਨ ਇਹਨਾਂ ਦੀਆਂ ਗਲਤੀਆਂ ਕਰਕੇ। ਪਰ ਇਹਨਾਂ ਨੇ ਫੌਜੀਆਂ ਲਈ ਕੀ ਕੀਤਾ, ਅਤੇ ਅੱਜ ਇਹ ਦੇਖ ਲਓ ਵੀ ਹੁਣ ਕਿੰਨਾ ਇਹ ਰੌਲਾ ਪਾ ਰਿਹਾ। ਪਰ ਇਹੀ ਗੌਰਮੈਂਟ 15 ਮਹੀਨੇ ਪਹਿਲਾਂ ਇਹਨਾਂ ਦੀ ਓ ਗੌਰਮੈਂਟ ਸੀ, ਔਰ ਇੱਕ ਟਰਮ ਨਹੀਂ 2 ਟਰਮ ਇਹਨਾਂ ਨੇ ਸਰਵ ਕੀਤਾ। ਵਟ ਡਿਡ ਦੇ ਡੂ ਫੋਰ ਬਿਲਕੁਲ ਸਾਬਕਾ। ਬਹੁਤ ਅਹਿਮ ਸਵਾਲ ਅਮਰਜੀਤ ਜੀ, ਤੁਸੀਂ ਬੜੇ ਅਹਿਮ ਸਵਾਲ ਪੁੱਛੇ ਆ। ਉਹਦੇ 'ਚ ਸਿਰਫ 2-3 ਗੱਲਾਂ ਮੈਂ ਕਹਿਣੀਆਂ ਚਾਹੁੰਦਾ। ਬਿਲਕੁਲ ਅਹਿਮ ਸਵਾਲ ਹੈ ਤੁਹਾਡੇ, ਸ਼ਾਇਦ ਇਹ ਆਪ ਰਾਹੁਲ ਗਾਂਧੀ ਇਸ ਵੇਲੇ ਰਿਅਲਾਈਜ਼ ਕਰ ਰਹੇ ਆ, ਮੈਨੂੰ ਲੱਗ ਰਿਹਾ ਵਾ ਕਿ ਉਹ ਰਿਅਲਾਈਜ਼ ਕਰ ਰਿਹਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਔਰ ਸਾਨੂੰ ਆਪਣੀ ਨੀਤੀ ਜਿਹੜੀ ਆ ਉਹ ਚੇਂਜ ਕਰਨ ਦੀ ਲੋੜ ਆ। ਸੁਸਾਈਡਸ ਵਾਕਈ ਉਦੋਂ ਤੋਂ ਵੀ ਉਦੋਂ ਬੜੇ ਦੇਰ ਤੋਂ ਹੋ ਰਹੇ ਆ ਪੰਜਾਬ ਦੇ ਵਿੱਚ। ਪਿਛਲੇ ਕਰੀਬ 10-ਕੁ ਸਾਲਾਂ ਦੇ ਵਿੱਚ ਆਲਮੋਸਟ ਅਬਾਊਟ 7-8 ਹਜ਼ਾਰ ਕਿਸਾਨਾਂ ਨੇ ਅਤੇ ਮਜ਼ਦੂਰਾਂ ਨੇ ਸੁਸਾਈਡਸ ਕੀਤੀਆਂ, ਪਰ ਮੇਰਾ ਖਿਆਲ ਹੈ ਪਿਛਲੇ 6 ਮਹੀਨਿਆਂ 'ਚ ਇਹ ਸੁਸਾਈਡਸ ਦਾ ਥੋੜ੍ਹਾ ਜਿਹਾ ਸਿਲਸਿਲਾ ਜਿਹੜਾ ਵਾ ਇਹ ਵਧਿਆ ਵਾ, ਕੁਝ ਜ਼ਿਆਦਾ ਲੋਕ ਆਪਣੀਆਂ ਜਾਨਾਂ ਲੈਣ ਲੱਗ ਪਏ ਆ। ਔਰ ਇਹਦੇ 'ਚ ਤੁਸੀਂ ਆਪੇ ਜਿਵੇਂ ਕਿਹਾ ਵਾ ਕਿ ਓ ਆਰ ਓ ਪੀ ਜਿਹੜੀ ਆ ਉਹਦੇ 'ਚ ਇਹਨਾਂ ਨੇ ਅਨਾਊਂਸ ਤਾਂ ਕਰਤੀ, ਐਲਾਨ ਤਾਂ ਕਰਤਾ, ਲੇਕਿਨ ਉਹਨੂੰ ਇਨਫੋਰਸ ਨਹੀਂ ਕੀਤਾ, ਲਾਗੂ ਨਹੀਂ ਕੀਤਾ। ਸੋ ਇਸ ਕਰਕੇ ਇਹ ਡੈਫੀਨੇਟਲੀ ਇਹ ਕਾਫੀ ਬੈਗੇਜ ਜਿਹੜਾ ਪੁਰਾਣਾ ਹੀ ਬੈਗੇਜ ਹੈ, ਲੇਕਿਨ ਹੁਣ ਇੱਕ ਚੀਜ਼ ਜ਼ਰੂਰ ਲੱਗ ਰਹੀ ਆ ਕਿ ਰਾਹੁਲ ਗਾਂਧੀ ਇੱਕ ਨਵੇਂ ਤਰੀਕੇ ਨਾਲ ਉੱਭਰ ਕੇ ਆ ਰਹੇ ਆ, ਇੱਕ ਨਵੀਂ ਸਿਆਸਤ ਲੋਕਾਂ ਦੇ ਵਿੱਚ ਵਿਚਰ ਰਹੇ ਆ। ਅੱਗੇ ਤਾਂ ਲੋਕਾਂ ਦੇ ਵਿੱਚ ਹੀ ਨਹੀਂ ਸੀ ਜਾਂਦੇ ਉਹ। ਸੋ ਇਹ ਇੱਕ ਚੇਂਜ ਹੀ ਜ਼ਰੂਰ ਨਜ਼ਰ ਆ ਰਹੀ ਆ। ਪਰ ਬਾਕੀ ਤੁਸੀਂ ਜੋ ਕਿਹਾ ਵਾ ਬਿਲਕੁਲ ਸਹੀ ਆ ਕਿ ਇਹਨਾਂ ਦੀਆਂ ਆਪਣੀਆਂ ਪੋਲਿਸੀਜ਼ ਜਿਹੜੀਆਂ ਵਾ ਉਹ ਹੀ ਹੁਣ ਸਾਹਮਣੇ ਇਸ ਵੇਲੇ ਆਈਆਂ ਵਾ, ਉਹ ਹੀ ਇੱਕ ਮਸਲਾ ਬਣਿਆ ਵਾ। ਇਨਫੈਕਟ ਨਰਿੰਦਰ ਮੋਦੀ ਵੀ ਇਹ ਕਹਿ ਰਹੇ ਆ ਕਿ ਇਹ ਉਹਨਾਂ ਨੇ ਲੈਗੇਸੀ ਜਿਹੜੀ ਆ ਇਨਹੈਰਿਟ ਕੀਤੀ ਆ ਆਪਣੇ ਜਿਹੜੇ ਪੁਰਾਣੀਆਂ ਪਾਰਟੀਆਂ ਸੀਗੀਆਂ। ਲੇਕਿਨ ਮੈਂ ਇੱਥੇ ਫਿਰ ਇੱਕ ਵਾਰੀ ਕਹਿਣਾ ਚਾਹੁੰਦਾ ਵਾਂ, ਕਿਉਂਕਿ ਮੈਂ ਤੁਹਾਨੂੰ ਹੋਰ ਵੀ ਦੱਸੂੰਗਾ ਐਗਜ਼ੈਂਪਲਸ ਵੀ ਕਿਵੇਂ ਉਹ ਆਪਣੀ ਨਵੀਂ ਇੱਕ ਨੀਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਕਾਮਯਾਬ ਹੋਊ ਜਾਂ ਨਾ ਹੋਊ ਇਹ ਇੱਕ ਵੱਖਰੀ ਗੱਲ ਹੈ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਉਹਨਾਂ ਦੇ ਵਿਚਾਰ ਸਾਡੇ ਨਾਲ ਸਾਂਝੇ ਕਰਕੇ ਫਿਰ ਅਸੀਂ ਬ੍ਰੇਕ ਲਵਾਂਗੇ। ਹੈਲੋ, ਹੈਲੋ ਮਿਸਟਰ ਸੰਧੂ ਜੀ, ਸਤਿ ਸ਼੍ਰੀ ਅਕਾਲ, ਸਿੰਘ ਵੈਨਕੂਵਰ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਵੈਨਕੂਵਰ ਤੋਂ? ਹਾਂਜੀ, ਮੇਰਾ ਨਾਮ ਸਿੰਘ ਹੈ ਜੀ, ਵੈਨਕੂਵਰ। ਵੈਨਕੂਵਰ ਤੋਂ ਮਿਸਟਰ ਸੰਧੂ ਜੀ, ਇੱਕ ਮਿੰਟ, ਵੈਨਕੂਵਰ ਤੋਂ ਤੁਸੀਂ ਕੌਣ ਬੋਲ ਰਹੇ? ਹਾਂਜੀ, ਲਾਲਜੋਤ ਸਿੰਘ ਜੀ। ਓਕੇ, ਹਾਂਜੀ ਲਾਲਜੋਤ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਵੈਨਕੂਵਰ ਦੇ ਵਿੱਚ ਤੁਸੀਂ ਇਹ ਜਿਹੜਾ ਸ਼ੋਅ ਆ ਇਹ ਇੰਟਰਨੈਟ ਤੇ ਵੇਖ ਰਹੇ ਜੀ? ਹਾਂਜੀ। ਓਕੇ ਓਕੇ, ਹਾਂਜੀ ਭਾਈ ਸਾਹਿਬ ਦੱਸੋ ਕੀ ਕਹਿਣਾ ਚਾਹੁੰਦੇ ਜੀ। ਹਾਂਜੀ, ਦੇਖੋ ਮਿਸਟਰ ਸੰਧੂ ਜੀ, ਤੁਸੀਂ ਮਿਸਟਰ ਰਾਹੁਲ ਗਾਂਧੀ ਦੇ ਉੱਤੇ ਮੈਂ ਰਹੂੰਗਾ, ਹੋਰ ਕਿਸੇ ਦਾ ਨਾਂ ਨਹੀਂ ਲਊਂਗਾ। ਓਕੇ, ਮਿਸਟਰ ਰਾਹੁਲ ਗਾਂਧੀ ਸਿਆਸਤ ਵਿੱਚ ਅਨਾੜੀ ਆ। ਹਾਂ ਹਾਂ। ਨੰਬਰ 2, ਜਦੋਂ ਪਾਰਲੀਮੈਂਟ 'ਚ ਇਹਨਾਂ ਨੂੰ ਸਮਾਂ ਮਿਲਣਾ ਸੀ, ਪਾਰਲੀਮੈਂਟ ਦੇ ਵਿੱਚ ਕਾਰਵਾਈ ਦੇ ਵਿੱਚ ਇਹਨਾਂ ਨੇ ਫੇਸ ਕਰਨੀ ਸੀ, ਉਦੋਂ 57 ਡੇਜ਼ ਵਾਸਤੇ, 56 ਡੇਜ਼ ਵਾਸਤੇ ਇਹ ਭਗੌੜੇ ਹੋ ਗਏ। ਓਕੇ, ਜਿੱਥੇ ਇਹਨਾਂ ਦਾ ਰੀਅਲ ਹੋਮਵਰਕ ਹੋਣਾ ਸੀ, ਜਿੱਥੇ ਇਹਨਾਂ ਨੇ ਰੀਅਲ ਪੋਲੀਟੀਸ਼ੀਅਨ ਐਜ਼ ਏ ਇਹਨਾਂ ਨੇ ਆਪਣਾ ਨਿਖਾਰਨਾ ਸੀ ਔਰ ਦੱਸਣਾ ਸੀ ਕਿ ਮੇਰੇ 'ਚ ਕੀ ਕੈਪੇਬਿਲਿਟੀ ਆ। ਓਕੇ। ਨੰਬਰ 3, ਝੋਂਪੜੀਆਂ 'ਚ ਜਾਣ ਦੇ ਨਾਲ ਕਾਇਆ ਪਲਟ ਨਹੀਂ ਹੁੰਦੀ, ਝੋਂਪੜੀਆਂ ਵਾਲੇ ਦੇ ਕਾਇਆ ਪਲਟ ਕਰ ਦਿੱਤੀ ਔਰ ਕਿਸਾਨ ਦੇ ਘਰੇ ਜਾ ਕੇ ਹਮਦਰਦੀ ਪ੍ਰਗਟ ਕਰਕੇ ਗਲੇ ਲਾ ਕੇ ਉਹਨਾਂ ਦਾ ਕੋਈ ਜੀਵਨ ਤਬਦੀਲੀ ਕਰ ਦਿੱਤੀ ਜੀ, ਕਿਉਂਕਿ ਇਹਦੇ ਕੋਲ ਸਿਰਫ ਇਹ ਇੰਦਰਾ ਨਹਿਰੂ ਦਾ ਨਾਂ
ਗਾਂਧੀ ਦਾ ਨਾਂ ਵਰਤ ਕੇ ਇਹ ਪੋਲੀਟਿਕਸ ਕਰ ਰਿਹਾ, ਇਹਨਾਂ ਦੇ ਕੋਲ ਨਿੱਜੀ ਕੈਪੇਬਿਲਿਟੀ ਹੈ ਨਹੀਂ ਬਿਲਕੁਲ। ਔਰ ਇਹ ਜਿਹੜਾ ਮਿਸਟਰ ਰਾਹੁਲ ਗਾਂਧੀ ਇਹ ਫੇਲ ਵਾ, ਔਰ ਇਹਦੇ ਕੋਲ ਕਾਂਗਰਸ ਦੇ ਵਿੱਚ ਇਹ ਮਰੀ ਹੋਈ ਕਾਂਗਰਸ ਇਹ ਰੂਹ ਨਹੀਂ ਪਾ ਸਕਦਾ, ਔਰ ਕਾਂਗਰਸ ਨੂੰ ਬੁਲੰਦੀਆਂ 'ਤੇ ਨਹੀਂ ਲੈ ਸਕਦਾ। ਤੁਸੀਂ ਦੇਖੋ ਕਿ ਇਹਦੀ ਦੇਸ਼ ਵਾਸਤੇ ਇਹਦੀ ਕੀ ਦੇਣ ਵਾ, ਔਰ ਪਾਰਟੀ ਵਾਸਤੇ ਕੀ ਦੇਣ ਹੈ। ਇੱਕ ਗਾਂਧੀ ਪਰਿਵਾਰ ਦਾ ਨਾਂ ਕਰਕੇ ਇਹਨੇ ਪਾਰਟੀ ਲਈ ਕੀ ਕੀਤਾ, ਦੇਸ਼ ਲਈ ਕੀ ਕੀਤਾ, ਔਰ ਲੋਕਾਂ ਵਾਸਤੇ ਕੀ ਕੀਤਾ। ਔਰ ਏਅਰ ਕੰਡੀਸ਼ਨਾਂ 'ਚ ਰਹਿਣ ਵਾਲੇ ਬੰਦੇ ਦਿੱਲੀ ਦੀਆਂ ਕੋਠੀਆਂ 'ਚ ਔਰ ਜੈੱਡ ਸਿਕਿਉਰਿਟੀ ਰਹਿਣ ਵਾਲੇ ਦੇਸ਼ ਦਾ ਔਰ ਲੋਕਾਂ ਦਾ ਭਲਾ ਕਰ ਸਕਦੇ, ਲੋਕ ਹਿੱਤ ਦੀਆਂ ਪੋਲਿਸੀਆਂ ਬਣਾ ਸਕਦੇ ਆ? ਬਿਲਕੁਲ ਨਹੀਂ ਬਣਾ ਸਕਦੇ। ਇਸ ਕਰਕੇ ਇਹ ਪੋਲੀਟਿਕਸ ਕਰ ਰਿਹਾ ਵਾ ਐਜ਼ ਏ ਰੋਟੀਆਂ ਸੇਕ ਰਿਹਾ। ਔਰ ਜਿਹੜੀ ਪੋਲੀਟਿਕਸ ਲੋਕਾਂ ਦੀ ਗਰਾਊਂਡ ਲੈਵਲ ਦੇ ਚਾਹੀਦੀ, ਧਰੰਤਰ 'ਤੇ ਚਾਹੀਦੀ ਆ, ਉਹ ਇਹਨਾਂ ਦੀ ਪਾਰਟੀ ਖੁਦ ਮਿਸਟਰ ਮਨਮੋਹਨ ਸਿੰਘ ਦੇ ਰਾਜ ਵਿੱਚ ਰਹੀ ਉਦੋਂ ਨਹੀਂ ਕਰ ਸਕੀ, ਹੁਣ ਆਪੋਜੀਸ਼ਨ 'ਚ ਹੋ ਗਿਆ ਜਦੋਂ ਇਹਨਾਂ ਦਾ ਬਿਲਕੁਲ ਇਹਨਾਂ ਦਾ ਬਿਲਕੁਲ ਝੁੱਗਾ ਚੌੜ ਹੋ ਗਿਆ, ਅਤੇ ਹੁਣ ਇਹ ਗੱਲਾਂ ਕਰਨ ਲੱਗ ਪਏ ਆ, ਫੌਜੀਆਂ ਦੀਆਂ ਗੱਲਾਂ ਕਰਨ ਲੱਗ ਪਏ, ਕਿਸਾਨਾਂ ਦੀਆਂ ਗੱਲਾਂ ਕਰਨ ਲੱਗ ਪਏ, ਦੇਸ਼ ਦੀਆਂ ਗੱਲਾਂ ਕਰਨ ਪਏ, ਕਾਲੇ ਧਨ ਦੀਆਂ ਗੱਲਾਂ ਕਰ, ਕਾਲਾ ਧਨ ਤਾਂ ਖੁਦ ਇਹਨਾਂ ਦਾ ਉੱਥੇ ਪਿਆ ਵਾ, ਰਾਜੀਵ ਗਾਂਧੀ ਦਾ 900 ਕਰੋੜ ਜਿਹਦਾ ਕੋਈ ਵਾਲੀ ਵਾਰਸ ਨਹੀਂ। ਮੈਂ ਪਾ ਲਾ ਕੇ ਕਰਾਂ ਕਿ ਇਹ ਬਿਲਕੁਲ ਤੁਸੀਂ ਦੇਖ ਲਿਓ ਪਾਰਟੀ 'ਚ ਨਾ ਇਹ ਨਵੀਂ ਰੂਹ ਪਾ ਸਕਦਾ, ਨਾ ਪਾਰਟੀ ਲਈ ਬੁਲੰਦੀਆਂ 'ਤੇ ਲੈ ਕੇ ਜਾ ਸਕਦਾ, ਨਾ ਦੇਸ਼ ਦੇ ਹਿੱਤਾਂ ਵਾਸਤੇ ਕੰਮ ਸਕਦਾ, ਨਾ ਲੋਕਾਂ ਨੂੰ ਇਹ ਦੇ ਸਕਦਾ, ਸਿਰਫ ਇਹ ਪੋਲੀਟਿਕਸ ਚਮਕਾਉਂਦਾ, ਝੋਪੜੀਆਂ ਚੱਲ ਗਿਆ, ਰਾਤ ਕੱਟ ਲਈ। ਜੀ 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 ਉਹਦੀ ਕਾਇਆ ਪਾ, ਬਿਲਕੁਲ ਤੁਹਾਡਾ ਵਿਊ ਪੁਆਇੰਟ ਬਿਲਕੁਲ ਸਪਸ਼ਟ ਆ ਕਿ ਰਾਹੁਲ ਗਾਂਧੀ ਪੋਲੀਟਿਕਸ ਦੇ ਵਿੱਚ ਅਨਾੜੀ ਆ। ਜਿਹੜੇ ਵੇਲੇ ਉਹਨਾਂ ਨੂੰ ਮੁਲਕ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਡਿਬੇਟ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸੀਗਾ, ਉਹ ਮੁਲਕ 'ਚੋਂ ਬਾਹਰ ਚਲੇ ਗਏ, ਪਗੌੜੇ ਹੋ ਗਏ, ਇਹ ਵਰਡ ਉਹਨਾਂ ਨੇ ਯੂਜ਼ ਕੀਤਾ ਵਾ। ਇਨਫੈਕਟ ਇਸ ਵੇਲੇ ਹੁਣ ਅੱਜ ਦੇ ਸ਼ੋਅ ਦੀ ਇਸ ਵੇਲੇ ਬ੍ਰੇਕ ਦਾ ਇੱਕ ਸਮਾਂ ਹੋ ਗਿਆ, ਬ੍ਰੇਕ ਤੋਂ ਵਾਪਸ ਆ ਕੇ ਅਸੀਂ ਇਹ ਮਸਲੇ ਸਾਰੇ ਇਸੇ ਤਰ੍ਹਾਂ ਵਿਚਾਰਾਂਗੇ ਕਿ ਕੀ ਰਾਹੁਲ ਗਾਂਧੀ ਵਾਕਈ ਪੋਲੀਟਿਕਸ ਦੇ ਵਿੱਚ ਅਨਾੜੀ ਆ, ਕੀ ਉਹ ਵਾਕਈ ਜਦੋਂ ਉਹਨਾਂ ਦੀ ਲੋੜ ਸੀ ਉਦੋਂ ਬਾਹਰ ਚਲੇ ਗਏ, ਕੀ ਉਹ ਪਾਰਟੀ ਨੂੰ ਮੁੜ ਸੁਰਜੀਤ, ਕਾਂਗਰਸ ਪਾਰਟੀ ਨੂੰ ਮੁੜ ਸੁਰਜੀਤ ਕਰ ਸਕਦੇ ਆ ਕਿ ਨਹੀਂ ਕਰ ਸਕਦੇ, ਇਹ ਆਪਾਂ ਮਸਲਾ ਇਸੇ ਤਰ੍ਹਾਂ ਹੀ ਵਿਚਾਰਾਂਗੇ ਪਰ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਰਾਹੁਲ ਗਾਂਧੀ ਦੀ, ਔਰ ਰਾਹੁਲ ਗਾਂਧੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ, ਜਿਹੜੀਆਂ ਉਹ ਕਾਂਗਰਸ ਪਾਰਟੀ ਨੂੰ ਰਿਵਾਈਵ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਵੈਸੇ ਤਾਂ ਰਾਹੁਲ ਗਾਂਧੀ ਦੀਆਂ ਕੋਸ਼ਿਸ਼ਾਂ ਦਾ ਆਉਣ ਵਾਲੀਆਂ ਬਿਹਾਰ ਅਤੇ ਹੋਰ ਰਾਜਾਂ ਦੀਆਂ ਚੋਣਾਂ ਦੇ ਵਿੱਚ ਪਤਾ ਲੱਗੇਗਾ, ਪਰ ਉਹਨਾਂ ਦੀ ਕੋਸ਼ਿਸ਼ ਇੱਕ ਤਰੀਕੇ ਨਾਲ ਨਜ਼ਰ ਆ ਤਾਂ ਰਹੀ ਹੈ। ਪੰਜਾਬ ਤੋਂ ਇਲਾਵਾ ਉਹ ਪਿੱਛੇ ਜੇ ਛੱਤੀਸਗੜ੍ਹ ਵੀ ਗਏ, ਜਿੱਥੇ ਕੁਝ ਟ੍ਰਾਈਬਲ ਇਲਾਕਿਆਂ 'ਚ ਉੱਥੇ ਜਿਹੜੀ ਇੱਕ ਰਿਵਰ ਆ ਮਹਾਨਦੀ, ਮਹਾਨਦੀ ਦੇ ਉੱਪਰ ਜਿਹੜੇ ਬੰਨ ਯਾਨੀ ਬਰਾਜ ਬਣਾਏ ਜਾ ਰਹੇ ਆ, ਉਹਨਾਂ ਦੇ ਉੱਥੋਂ ਦੇ ਬੰਨ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਮੁੜ ਵਸੇਬੇ ਦਾ ਮਸਲਾ ਵੀ ਉਹਨਾਂ ਨੇ ਵੱਧ ਚੜ੍ਹ ਕੇ ਚੁੱਕਿਆ। ਫਿਰ ਉਹ ਅਮੇਥੀ, ਉੱਥੋਂ ਬਾਅਦ ਅਮੇਠੀ ਜਿੱਥੋਂ ਦੀ ਉਹਨਾਂ ਦੇ ਪਰਿਵਾਰ ਦਾ ਇਹ ਹਲਕਾ ਵਾ, ਕੌਂਸਟੀਚੁਐਂਸੀ ਆ, ਉਹ ਉੱਥੇ ਵੀ ਗਏ। ਉੱਥੇ ਫੂਡ ਪਾਰਕ ਦਾ ਮਸਲਾ ਜਿਸ ਨੂੰ ਰੱਦ ਕੀਤਾ ਗਿਆ ਹੈ, ਉਸ ਮਸਲੇ ਨੂੰ ਉਹਨਾਂ ਨੇ ਚੁੱਕਿਆ, ਉਸ ਮਸਲੇ ਦੇ ਉੱਪਰ ਜਿਹੜੇ ਉੱਥੇ ਮੁਜ਼ਾਹਰੇ ਹੋ ਰਹੇ ਸੀ ਉਹਨਾਂ 'ਚ ਹਿੱਸਾ ਵੀ ਲਿਆ। ਇਸ ਤੋਂ ਪਹਿਲਾਂ ਦਿੱਲੀ 'ਚ ਸਫਾਈ ਕਰਮਚਾਰੀਆਂ ਦੇ ਮੁਜ਼ਾਹਰੇ 'ਚ ਵੀ ਹਿੱਸਾ ਲੈਣ ਤੋਂ ਇਲਾਵਾ ਉਹਨਾਂ ਨੇ ਆਂਧਰਾ ਪ੍ਰਦੇਸ਼ ਅਤੇ ਕੇਰਲਾ ਵਰਗੇ ਰਾਜਾਂ 'ਚ ਉੱਥੋਂ ਦੇ ਲੋਕਾਂ ਦੇ ਮਸਲੇ ਚੁੱਕੇ। ਕੇਰਲਾ 'ਚ ਮਛੇਰਿਆਂ ਦਾ ਮਸਲਾ ਕਾਫੀ ਦੇਰ ਤੋਂ ਚੱਲ ਰਿਹਾ ਸੀ, ਮਛੇਰਿਆਂ ਨੂੰ ਕੁਝ ਆਪਣੇ ਕੰਮਕਾਜ ਵਿੱਚ ਦਿੱਕਤਾਂ ਆ ਰਹੀਆਂ ਸਨ, ਕਿਉਂਕਿ ਉਹਨਾਂ ਦਾ ਜਿਹੜਾ ਫਿਸ਼ਿੰਗ ਦਾ ਦਾਇਰਾ ਵਾ, ਜਿਹੜਾ ਟ੍ਰੋਲਿੰਗ ਲਿਮਿਟਸ ਆ, ਉਹ ਕਾਫੀ ਜਿਹੜੀਆਂ ਘਟਾਤੀਆਂ ਗਈਆਂ, ਔਰ ਟ੍ਰੋਲਿੰਗ ਦੇ ਉੱਤੇ ਜਿਹੜਾ ਬੈਨ ਆ, ਫਿਸ਼ਿੰਗ ਦਾ ਜਿਹੜਾ ਬੈਨ ਆ, ਉਹਦਾ ਜਿਹੜਾ ਦਿਨ ਆ ਉਹ ਵਧਾ ਦਿੱਤੇ ਗਏ ਸੀਗੇ। ਸੋ ਇਹਦੇ ਕਰਕੇ ਉੱਥੇ ਕਾਫੀ ਮਸਲੇ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜਾ ਕੇ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਨਾਲ ਵਿੱਚ ਵਿਚਰੇ, ਉਹਨਾਂ ਦੇ ਮਸਲੇ ਉਹਨਾਂ ਨੇ ਚੁੱਕੇ। ਸੋ ਕੀ ਰਾਹੁਲ ਗਾਂਧੀ ਦੀਆਂ ਕੋਸ਼ਿਸ਼ਾਂ ਪਾਰਟੀ ਵਾਸਤੇ ਕਾਮਯਾਬੀ ਲਿਆ ਸਕਦੀਆਂ ਵਾ, ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰ ਰਹੇ ਹਾਂ। ਕੁਝ ਸੱਜਣ ਸਾਡੇ ਨਾਲ ਜੁੜੇ ਆ, ਦੇਖਦੇ ਹੋ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਘੁੰਮਣ ਬੋਲਦਵਰ ਜੀ ਨੇ। ਹਾਂਜੀ ਹਾਂਜੀ ਘੁੰਮਣ ਜੀ। ਹਾਂਜੀ ਗੱਲ ਇਹ ਆ ਭਾਈ ਪਹਿਲੋਂ ਜਿਹੜਾ 10 ਸਾਲ ਰਾਜ ਕੀਤਾ ਉਹ ਸੀ ਚੁੱਪ ਚਾਪ ਤੇ ਸਰਦਾਰ ਮਨਮੋਹਨ ਸਿੰਘ ਦੀ ਚੁੱਪ ਚਾਪ ਤੇ ਉਹਦਾ ਇਹ ਫੈਮਿਲੀ ਨੇ ਫਾਇਦਾ ਉਠਾਇਆ ਜੀ, ਜਦੋਂ ਤੱਕ ਅੱਜ ਇਹ ਰਾਜ ਕਰਦੇ ਨੇ। ਬਾਕੀ ਜਿਹਨੂੰ ਥਾਲੀ 'ਚ ਬੜਿਆ ਰਾਜ ਮਿਲ ਜਾਵੇ ਉਹਨੂੰ ਲੋੜ ਹੀ ਕੋਈ ਨਹੀਂ, ਇਹ ਦਾ ਪਿਓ ਦਾ ਦਾਦੇ ਨਾਨੀ ਦਾ ਮਿਲ ਦਾਦੀ ਦਾ ਇਹਨੂੰ ਮਿਲ ਗਿਆ ਸਭ ਕੁਛ। ਦੂਸਰੇ ਨੰਬਰ 'ਤੇ ਇਹਨੂੰ ਬੰਦਾ ਪੁੱਛੇ ਵੀ 45 ਸਾਲ ਦੀ ਉਮਰ ਹੋ ਚੁੱਕੀ ਆ, ਮਹਾਰਾਜ ਬਣ ਵੀ ਲਿਆ, ਜੇ ਆਪਣੀ ਫੈਮਿਲੀ ਨਹੀਂ ਅੱਜ ਬਣਾ ਸਕਿਆ ਤਾਂ ਦੁਨੀਆ ਦਾ ਕੀ ਕਰੂਗਾ ਪੰਜਾਬ ਸਾਹਿਬ। ਇਸ ਤਰ੍ਹਾਂ ਵਾ ਦੋ ਗੱਲਾਂ ਦੇਖੋ, ਐਵੇਂ ਕਿਸੇ ਦੀ ਫੈਮਿਲੀ ਜੇ ਉਹਨਾਂ ਨੇ ਸ਼ਾਦੀ ਨਹੀਂ ਕਰਵਾਈ, ਫੈਮਿਲੀ ਨਹੀਂ ਬਣਾਈ, ਇਹ ਉਹਨਾਂ ਦਾ ਨਿੱਜੀ ਮਸਲਾ ਵਾ, ਹਰ ਬੰਦੇ ਦਾ ਆਪਣਾ ਇੱਕ ਜ਼ਿੰਦਗੀ ਦਾ ਇੱਕ ਨਜ਼ਰੀਆ ਹੁੰਦਾ ਵਾ। ਦੂਸਰਾ ਤੁਸੀਂ ਕਿਹਾ ਵਾ ਕਿ ਡਾਕਟਰ ਮਨਮੋਹਨ ਸਿੰਘ ਵੇਲੇ ਇਹਨਾਂ ਨੇ ਕੁਝ ਨਹੀਂ ਕੀਤਾ। ਦੇਖੋ ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ, ਤੁਹਾਨੂੰ ਨਹੀਂ ਲੱਗਦਾ ਕਿ ਮਨਮੋਹਨ ਸਿੰਘ ਦੀਆਂ ਆਪਣੀਆਂ ਗਲਤੀਆਂ ਕਰਕੇ ਉਹਨਾਂ ਦੀ ਕਾਮਯਾਬੀ ਨਹੀਂ ਹੋ ਸਕੀ? ਜੇ ਉਹਨਾਂ ਨੂੰ ਲੱਗਦਾ ਸੀਗਾ ਵੀ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ, ਤਾਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਨਹੀਂ ਸ਼ਰੀਫ ਤਾਂ ਠੀਕ ਆ, ਪਰ ਸ਼ਰੀਫ ਜਿਹੜੇ 10 ਸਾਲ ਪ੍ਰਧਾਨ ਮੰਤਰੀ ਰਹੇ, ਜੇ ਉਹਨਾਂ ਦੀ ਜੇ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤਾਂ ਉਹਨਾਂ ਨੂੰ ਸੱਤਾ 'ਚ ਰਹਿਣਾ ਚਾਹੀਦਾ ਸੀਗਾ, ਉਹ ਵੀ ਤਾਂ ਗੱਦੀ ਆਪਣੀ ਛੱਡੀ ਨਹੀਂ ਨਾ ਉਹਨਾਂ ਨੇ। ਦੂਸਰੇ ਬਾਰੇ ਸੁਣ ਲਓ, ਪੰਜਾਬ ਦੇ ਵਿੱਚ ਜੀ ਜੋ ਪੋਲਿਟਿਕਸ ਦਾ ਹਾਲਾਤ ਆ, ਇਹਦੇ ਕਰਕੇ ਪ੍ਰਧਾਨਗੀ ਦਾ ਅੱਜ ਤੱਕ ਰੌਲਾ ਪਿਆ, ਕਿਉਂਕਿ ਇਹ ਪੈਸੇ ਲੈ ਲੈਂਦਾ ਅਤੇ ਕਿਸੇ ਨੂੰ ਪ੍ਰਧਾਨ ਬਣਾਉਂਦਾ, ਇਹਦੇ ਕਰਕੇ ਸਭ ਕੁਝ ਪੰਜਾਬ 'ਚ ਹੋ ਰਿਹਾ। ਥੈਂਕ ਯੂ ਸੋ ਮੱਚ। ਮਿਹਰਬਾਨੀ ਮਿਹਰਬਾਨੀ। ਕੁਮਨ ਸਾਹਿਬ ਕਹਿ ਰਿਹਾ ਵੀ ਇਹ ਪੈਸੇ ਲੈ ਲੈਂਦੇ ਆ, ਖੈਰ ਇੱਕ ਸਵੀਪਿੰਗ ਸਟੇਟਮੈਂਟ ਹੈ, ਇਹਦੇ ਸਾਡੇ ਕੋਲ ਇਹਦੇ ਬਾਰੇ ਕੋਈ ਸਬੂਤ ਨਹੀਂ ਹੈ ਕਿ ਉਹ ਪੈਸੇ ਲੈ ਲੈਂਦੇ ਆ। ਠੀਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਾਫੀ ਕੁਝ ਜੋ ਪਾਰਟੀ ਨਾਲ ਹੋਇਆ ਉਹਦੇ ਵਾਸਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਡੈਫੀਨੇਟਲੀ ਜ਼ਿੰਮੇਵਾਰ ਨੇ, ਲੇਕਿਨ ਇਸ ਵੇਲੇ ਜਿਹੜੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਵਾ ਉਹ ਕੋਈ ਰਿਜ਼ਲਟਸ ਲਿਆਉਣਗੀਆਂ ਕਿ ਨਹੀਂ ਲਿਆਉਣਗੀਆਂ, ਦੇਖਦੇ ਹਾਂ ਸਾਡੇ ਅਗਲੇ ਕਾਲਰ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਹਾਂਜੀ ਹਾਂਜੀ, ਮੈਂ ਟੋਰਾਂਟੋ ਤੋਂ ਬੋਲਦਾ ਜੀ। ਟੋਰਾਂਟੋ ਤੋਂ ਜਗਪਾਲ ਸਿੰਘ, ਟੋਰਾਂਟੋ। ਹਾਂਜੀ ਹਾਂਜੀ ਜਗਪਾਲ ਸਿੰਘ ਜੀ, ਸਵਾਗਤ ਹੈ। ਤੁਹਾਡਾ ਪ੍ਰੋਗਰਾਮ ਦੇਖਦਾ ਰਹਿਣਾ। ਹਾਂਜੀ, ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਕਿ ਤੁਸੀਂ ਹਿੰਦੁਸਤਾਨ ਤੋਂ ਬ੍ਰੌਡਕਾਸਟ ਕਰ ਰਹੇ ਹੋ ਜੀ, ਕੀ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਜਿੰਨੇ ਲੋਕ ਆ ਸਾਰੇ ਸੁੱਤੇ ਪਏ ਆ, ਕਦੇ ਉਹਨਾਂ ਨੇ ਤੁਹਾਨੂੰ ਕਾਲ ਹੀ ਨਹੀਂ ਕੀਤੀ? ਉਹਨਾਂ ਦੇ ਕੰਸਰਨ ਤਾਂ ਉਹਨਾਂ ਦੇ ਆ, ਸਾਡੇ ਤਾਂ ਜ਼ਿਆਦਾ ਹੈ ਨਹੀਂ। ਜਗਪਾਲ ਸਿੰਘ ਜੀ, ਸਾਨੂੰ ਹਿੰਦੁਸਤਾਨ 'ਚੋਂ ਕਾਲਸ ਆਉਂਦੀਆਂ ਵਾ, ਅਸੀਂ ਨੋਰਮਲੀ, ਮੈਂ ਮੇਰੀ ਗੱਲ ਸੁਣੋ, ਅਸੀਂ ਉਹ ਨੋਰਮਲੀ ਕਾਲਸ ਲੈਂਦੇ ਨਹੀਂ ਗੇ, ਕਿਉਂਕਿ ਸਾਨੂੰ ਜਦੋਂ ਸਾਡੇ PCR ਦੇ 'ਚ ਪਤਾ ਲੱਗ ਜਾਂਦਾ ਵੀ ਇਹ ਕਾਲ ਬਾਹਰੋਂ ਆ ਕਿ ਹਿੰਦੁਸਤਾਨ ਤੋਂ ਆ, ਉਹ ਇਸ ਕਰਕੇ ਨਹੀਂ ਲੈਂਦੇ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਵਾ ਸਾਡਾ ਟੈਲੀਵਿਜ਼ਨ ਚੈਨਲ ਜਿਹੜਾ ਇਹ ਬੇਸਿਕਲੀ ਨੌਰਥ ਅਮੈਰੀਕਾ ਦਾ ਚੈਨਲ ਆ। ਸੋ ਸਾਡੀ ਕੋਸ਼ਿਸ਼ ਇਹ ਆ ਵੀ ਉੱਥੋਂ ਦੇ ਮਸਲਿਆਂ ਦੇ ਨਾਲ, ਉੱਥੋਂ ਦੇ ਲੋਕਾਂ ਦੇ ਨਾਲ ਇੱਥੋਂ ਦੇ ਮਸਲੇ ਜਿਹੜੇ ਆ ਡਿਸਕਸ ਕਰ ਸਕੀਏ। ਸੋ ਇਹ ਪ੍ਰੋਗਰਾਮ ਦਾ ਜਿਹੜਾ ਫੋਰਮੈਟ ਹੈ ਇਸ ਤਰ੍ਹਾਂ ਦਾ ਵਾ, ਵਿੱਚ ਜੇ ਤੁਸੀਂ ਚਾਹੁੰਦੇ ਜੇ ਤਾਂ ਅਸੀਂ ਇੱਥੋਂ ਦੇ ਲੋਕਾਂ ਦੀਆਂ ਕਾਲਸ ਵੀ ਲੈ ਸਕਦੇ ਹਾਂ, ਸਾਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ। ਹਾਂਜੀ ਜਗਪਾਲ ਸਿੰਘ ਜੀ, ਨਹੀਂ ਉਹ ਤਾਂ ਨਹੀਂ, ਮੈਂ ਤਾਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਵੀ ਸਾਨੂੰ ਆਪਣਾ ਵੀ ਫਿਕਰ ਹੋਣਾ ਚਾਹੀਦਾ, ਕੋਈ ਸਾਡੇ 'ਤੇ ਵੀ ਪ੍ਰੋਗਰਾਮ ਇੱਥੇ ਦਾ ਕਰਿਆ ਕਰੋ। ਅਤੇ ਦੂਸਰਾ ਇਹ ਹੈਗਾ ਕਿ ਪਹਿਲੀ ਤਾਂ ਚੀਜ਼ ਆ ਕਿ ਇਸ ਫੈਮਿਲੀ ਦਾ ਤੁਹਾਨੂੰ ਬੈਕਗਰਾਊਂਡ ਪਹਿਲਾਂ ਪਤਾ ਕਰੋ ਕਿੱਥੋਂ ਹੈਗੇ ਨੇ, ਉਸ ਤੋਂ ਬਾਅਦ ਹੋਣਾ ਚਾਹੀਦਾ। ਨਹੀਂ, ਬੈਕਗਰਾਊਂਡ ਆਪਾਂ ਨੂੰ ਪੂਰਾ ਜੀ ਇਸ ਫੈਮਿਲੀ ਦਾ 100%, ਮੈਂ ਤਾਂ ਆਪ ਹਿਸਟਰੀ ਦਾ ਸਟੂਡੈਂਟ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਕਿ ਜਿਹੜੀ ਲੁਕੀ ਛਿਪੀ ਹੈ ਇਹਨਾਂ ਦੇ ਫੈਮਿਲੀ ਦੇ ਬਾਰੇ। ਪਰ ਕਿੱਥੋਂ ਆ, ਮੇਰੇ ਕੋਲ ਤਾਂ ਇਹਨਾਂ ਦੀ ਇੰਦਰਾ ਗਾਂਧੀ ਦੀ ਨਿਕਾਹ ਹੁੰਦੇ ਦੀ ਮੂਵੀ ਵੀ ਪਈ ਆ ਮੇਰੇ ਕੋਲ 8 ਮਿੰਟ ਦੀ। ਜੀ ਜੀ, ਇਹਨਾਂ ਨੇ ਆਪਣੇ ਆਪ ਨੂੰ ਲੁਕੋ ਕੇ ਗੁੰਮਰਾਹ ਲੋਕਾਂ ਨੂੰ ਕਰਕੇ ਕਿ ਦੱਸ ਰਹੇ ਨੇ ਅਤੇ ਪੰਡਿਤ ਤਾਂ ਹੈਗੇ ਨੇ ਮੁਸਲਮਾਨ, ਅਤੇ ਉਹ ਕਿਉਂ ਨਹੀਂ ਇਹ ਸਿੱਧਾ ਦੱਸਦੇ ਪੋਲੀਟਿਕਸ ਦੇ ਵਿੱਚ? ਨਹੀਂ, ਇਹ ਤੇ ਉਹਨਾਂ ਦੀ ਫੈਮਿਲੀ ਲਾਈਫ ਹੈ ਨਾ ਜੀ, ਮੈਂ ਦੇਖੋ ਨਹੀਂ ਫੈਮਿਲੀ ਲਾਈਫ ਤਾਂ ਹੈ, ਮੈਂ ਉਹਨਾਂ ਨੂੰ ਕੋਈ ਪ੍ਰੋਟੈਕਟ ਨਹੀਂ ਕਰ ਰਿਹਾ, ਮੈਂ ਤੇ ਸਿਰਫ ਇਹ ਇਸ ਵੇਲੇ ਕਾਂਗਰਸ ਪਾਰਟੀ ਦੇ ਇੱਕ ਪ੍ਰਧਾਨ ਆ ਤੇ ਇੱਕ ਉਪ ਪ੍ਰਧਾਨ ਆ,
ਉਹਨਾਂ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਵਾ ਅਸੀਂ ਡਿਸਕਸ ਕਰ ਰਹੇ ਹਾਂ ਵੀ ਉਹਨਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ ਕਿ ਨਹੀਂ ਹੋਣਗੀਆਂ। ਅਸੀਂ ਉਹਨਾਂ ਦੇ ਫੈਮਿਲੀ ਬੈਕਗਰਾਊਂਡ ਦੇ ਵਿੱਚ ਜਾਂ ਕਿਸੇ ਵੀ ਬੰਦੇ ਦੇ ਇਨਸਾਨ ਦੇ ਫੈਮਿਲੀ ਬੈਕਗਰਾਊਂਡ ਦੇ ਵਿੱਚ ਨਹੀਂ ਜਾ ਰਹੇ ਇਹਦੇ ਬਾਰੇ, ਬਾਕੀ ਉਹਨਾਂ ਦੇ ਪਰਿਵਾਰ ਬਾਰੇ ਜੋ ਕੁਝ ਪਤਾ, ਇਨਫੈਕਟ ਉਹਨਾਂ ਦੇ ਪਰਿਵਾਰ ਬਾਰੇ ਕਰੀਬ ਕਿ ਸਭ ਕੁਝ ਹੀ ਪਤਾ ਲੋਕਾਂ ਨੂੰ ਉਹਨਾਂ ਬਾਰੇ, ਅਤੇ ਕਿਤਾਬਾਂ ਛਪੀਆਂ ਵਾ ਪੰਡਿਤ ਜਵਾਹਰ ਲਾਲ ਨਹਿਰੂ ਬਾਰੇ, ਇਨਫੈਕਟ ਇੰਦਰਾ ਗਾਂਧੀ ਬਾਰੇ, ਰਾਹੁਲ ਗਾਂਧੀ ਬਾਰੇ ਵੀ ਕਰੀਬ ਕਰੀਬ ਅਖਬਾਰਾਂ ਦੇ ਵਿੱਚ ਸਭ ਕੁਝ ਇੱਥੇ ਆਉਂਦਾ ਰਹਿੰਦਾ ਵਾ। ਜਿਹੜੀ ਤੁਸੀਂ ਦੂਸਰੀ ਗੱਲ ਕਹੀ ਆ ਕਿ ਉੱਥੋਂ ਦੇ ਮਸਲੇ, ਉੱਥੋਂ ਦੇ ਮਸਲੇ ਵੀ ਅਸੀਂ ਕਦੀ ਕਦੀ ਵਿਚਾਰਦੇ ਹਾਂ। ਅਸੀਂ ਕੁਝ ਦਿਨਾਂ ਦੇ ਵਿੱਚ ਜਿਹੜੀ ਕੈਨੇਡਾ ਦੇ ਵਿੱਚ ਇਸ ਵੇਲੇ ਉੱਥੇ ਇਲੈਕਸ਼ਨਸ ਹੋਣ ਜਾ ਰਹੀਆਂ ਵਾ, ਉਹ ਮਸਲਾ ਜਿਹੜਾ ਵਾ ਅਸੀਂ ਇੱਕ ਵਾਰੀ ਨਹੀਂ ਕਈ ਵਾਰਾਂ ਉਹ ਮਸਲਾ ਜਿਹੜਾ ਵਾ ਵਿਚਾਰਾਂਗੇ। ਹਾਂਜੀ ਜਗਪਾਲ ਸਿੰਘ ਜੀ, ਕੁਝ ਹੋਰ ਵੀ ਗੱਲ ਕਰਨੀ ਚਾਹੁੰਦੇ ਜੀ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ ਕਿ ਕੋਈ ਸਾਡੇ ਲੋਕਾਂ ਦਾ ਵੀ ਫਿਕਰ ਇਹਨਾਂ ਨੂੰ ਹੋਣਾ ਚਾਹੀਦਾ, ਇੱਥੇ ਬੱਚਿਆਂ ਨਾਲ ਸਾਡੇ ਨਾਲ ਕੀ ਹੋ ਰਿਹਾ। ਉਹਦੇ 'ਤੇ ਕੋਈ ਨਹੀਂ, ਦੂਸਰੇ ਮੁਲਕ ਦੀ ਪੋਲੀਟਿਕਸ ਦੇ ਵਿੱਚ ਸਾਰੇ ਲੋਕ ਬੜੇ ਆ, ਪੜ੍ਹ ਲਿਖੇ ਪੜ੍ਹੇ ਹੈਗੇ ਆ ਲੋਕ ਜੀ। ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਓਕੇ, ਮਿਹਰਬਾਨੀ ਮਿਹਰਬਾਨੀ ਜਗਪਾਲ ਸਿੰਘ ਜੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਹੈ। ਹੈਲੋ ਹੈਲੋ ਭਾਈ ਸਾਹਿਬ, ਤੁਸੀਂ ਔਨ 에ਅਰ ਜੇ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਹੈਲੋ, ਹਾਂਜੀ ਹਾਂਜੀ ਬਿਲਕੁਲ ਔਨ 에ਅਰ ਜੇ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਹੈਲੋ, ਹਾਂ ਹੈਲੋ, ਹਾਂਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੇ? ਹਾਂਜੀ ਸ਼ਾਇਦ ਉਹ ਕਾਲ ਥਰੂ ਨਹੀਂ ਹੋਈ ਆ, ਉਹਨਾਂ ਨੂੰ ਸਮਝ ਨਹੀਂ ਆਈ ਵੀ ਉਹ ਔਨ 에ਅਰ ਹੈਗੇ ਆ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਹੈ। ਹੈਲੋ, ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ, ਮੈਂ ਸੁਖਪ੍ਰੀਤ। ਹਾਂਜੀ ਸੁਖਪ੍ਰੀਤ, ਹਾਂਜੀ ਅੰਕਲ ਜੀ, ਕੀ ਗੱਲ ਆ, ਇਹਨਾਂ ਨੇ ਕਿਹਨੂੰ ਕਾਮਯਾਬ ਕਰਨਾ, ਤਾਂ ਲੋਕਾਂ ਦਾ ਦਿਮਾਗ ਕੰਮ ਕਰਨਾ ਚਾਹੀਦਾ ਆ, ਹੈਨਾ, ਕਿਉਂਕਿ ਕਾਂਗਰਸ ਆ ਚਾਹੇ ਸੁਖਪ੍ਰੀਤ, ਇੱਕ ਮਿੰਟ ਸੁਖਪ੍ਰੀਤ, ਥੋੜਾ ਹੌਲੀ ਹੌਲੀ ਬੋਲੋ, ਕੀ ਕਿਹਾ ਤੁਸੀਂ, ਦੁਬਾਰਾ ਦੱਸੋ ਇਹਨਾਂ ਨੂੰ ਕਾਮਯਾਬ ਕਿਹਨੇ ਕਰਨਾ? ਮੈਂ ਅੰਕਲ ਜੀ, ਮੈਂ ਕਿਹਾ ਇਹਨਾਂ ਲੋਕਾਂ ਦੇ, ਉਹ ਲੋਕ ਆਪਣਾ ਦਿਮਾਗ ਯੂਜ ਕਰਨ, ਅਸੀਂ ਕਿਹਨੂੰ ਕੰਮ ਕਰਨਾ ਜਾਂ ਕਿਹਨੂੰ ਕਾਮਯਾਬ ਨਹੀਂ ਕਰਨਾ, ਹੈਨਾ, ਕਿਉਂਕਿ ਇਹ ਜਿਹੜੀ ਕਾਂਗਰਸ ਔਰ ਭਾਜਪਾ ਬੀਜੇਪੀ ਵਾਲੇ ਆ, ਇਹ ਤਾਂ ਹੈਨਾ ਦੋਨੋਂ ਜਲਾਦਾਂ ਦੀਆਂ ਪਾਰਟੀਆਂ ਆ। ਦੇਖੋ ਅੰਕਲ ਜੀ, ਜਿਹੜਾ ਹੁਣ ਇਹਦਾ ਡੈਡੀ ਸੀਗਾ ਰਾਹੁਲ ਗਾਂਧੀ ਦਾ, ਉਹਨੇ ਬਫੋਰਸ ਘਟਾਲਾ ਕੀਤਾ, ਹੈਨਾ ਜੀ, ਔਰ ਜਿਹੜੇ ਬੀਜੇਪੀ ਵਾਲੇ ਸੀਗੇ ਇਹਨਾਂ ਨੇ ਕਾਰਗਿਲ ਦੇ ਸ਼ਹੀਦ ਦੇ ਤਬੂਤ ਵੀ ਖਾ ਗਏ, ਕੱਫਣ ਵੀ ਖਾ ਗਏ, ਹੈਨਾ, ਚੰਗੇ ਰਹਿਣਗੇ ਜਿਹਨਾਂ ਪਾਰਟੀ ਸਪੋਰਟ ਚ ਵੜ ਗਏ, ਹਨਾ, ਤਾਂ ਪੰਜਾਬ ਦਾ, ਕਿਉਂਕਿ ਅੰਕਲ ਜੀ ਇੱਕ ਚੀਜ਼ ਦੇਖੀ ਆ, ਕਹਿੰਦੇ ਭਾਈ ਇੱਕ ਨਾ ਤਿੰਨ ਚੀਜ਼ਾਂ ਸਸਤੀਆਂ, ਬਾਕੀ ਸਭ ਕੁਛ ਮਹਿੰਗਾ ਇੰਡੀਆ ਦੇ ਵਿੱਚ, ਇੱਕ ਔਰਤ ਦੀ ਇੱਜ਼ਤ, ਇੱਕ ਕਿਸਾਨ ਦੀ ਜ਼ਿੰਦਗੀ, ਔਰ ਇੱਕ ਸੈਨਿਕ ਦੀ ਜ਼ਿੰਦਗੀ, ਬਾਕੀ ਤਾਂ ਸਭ ਕੁਛ ਮਹਿੰਗਾ ਆ, ਇਹ ਤਿੰਨੋਂ ਚੀਜ਼ਾਂ ਸਸਤੀਆਂ ਆ। ਜਿਸ ਮੁਲਕ ਵਿੱਚ ਇੱਦਾਂ ਦਾ ਮੁਲਕ ਹੋਵੇ ਤਾਂ ਆਪ ਕਿਸੇ ਦੀ ਆ ਸਕਾਂਗੇ ਜੀ। ਸੁਖਪ੍ਰੀਤ, ਬਿਲਕੁਲ ਇਹ ਤਿੰਨ ਚੀਜ਼ਾਂ ਬਹੁਤ ਅਹਿਮ ਆ, ਹੋਰ ਵੀ ਚੀਜ਼ਾਂ ਜ਼ਰੂਰੀ ਆ, ਪਰ ਇਹ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਇਸ ਵੇਲੇ ਬੜੇ ਵੱਡੇ ਮਸਲੇ ਬਣੇ ਆ, ਔਰ ਇਹਨਾਂ ਤਿੰਨਾਂ ਚੀਜ਼ਾਂ 'ਤੇ ਇਸ ਵੇਲੇ ਭਾਵੇਂ ਉਹ ਜਦੋਂ ਸੱਤਾ 'ਚ ਸੀਗੇ 10 ਸਾਲ, ਜਿਵੇਂ ਹੁਣੇ ਆ ਕੁਝ ਆਪਣੇ ਦਰਸ਼ਕਾਂ ਨੇ ਕਿਹਾ ਵੀ ਜਦੋਂ ਇਹ ਸੱਤਾ 'ਚ ਸੀ, ਇਹਨਾਂ ਤਿੰਨਾਂ ਚੀਜ਼ਾਂ ਵਾਸਤੇ ਕੁਝ ਨਹੀਂ ਕੀਤਾ, ਲੇਕਿਨ ਹੁਣ ਇਸ ਵੇਲੇ ਇਹ ਇਹਨਾਂ ਤਿੰਨਾਂ ਚੀਜ਼ਾਂ ਵਾਸਤੇ, ਕਿਸਾਨ, ਔਰਤਾਂ ਦੀ ਸਿਕਿਉਰਿਟੀ, ਔਰ ਜਿਹੜੇ ਕਿਸਾਨਾਂ ਦਾ ਮਸਲੇ ਆ, ਇਹਨਾਂ 'ਤੇ ਡੈਫੀਨੇਟਲੀ ਉਹ ਬੋਲ ਰਹੇ ਆ। ਇਹ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ, ਜ਼ਾਹਿਰ ਹੈ ਕਿ ਰਾਹੁਲ ਗਾਂਧੀ ਇੱਕ ਨਵੇਂ ਤਰੀਕੇ ਦੀ, ਇਸ ਵੇਲੇ ਲੱਗ ਰਿਹਾ ਵਾ ਕਿ ਨਵੇਂ ਤਰੀਕੇ ਦੀ ਰਾਜਨੀਤੀ ਅਤੇ ਕਲਚਰ ਕਾਂਗਰਸ ਦੇ ਵਿੱਚ ਲਿਆਉਣਾ ਚਾਹੁੰਦੇ ਆ। ਨਰਿੰਦਰ ਮੋਦੀ ਤੋਂ ਇਲਾਵਾ ਕੁਝ ਸਬਕ ਇੰਝ ਲੱਗ ਰਿਹਾ ਕਿ ਉਹਨਾਂ ਅਰਵਿੰਦ ਕੇਜਰੀਵਾਲ ਅਤੇ ਆਪ ਤੋਂ ਵੀ ਸਿੱਖੇ ਨੇ। ਪਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਮਸਲੇ ਉਹਨਾਂ ਨੇ ਪੁਰਾਣੇ ਕਾਂਗਰਸ ਰਾਜ ਤੋਂ ਅਤੇ ਆਪਣੇ ਪਰਿਵਾਰ ਤੋਂ ਵਿਰਸੇ 'ਚ ਲਏ ਆ,
ਜਿਨ੍ਹਾਂ ਦੀ ਵਿੱਚ ਵਿੱਚ ਆਪਣੇ ਕੁਝ ਸੱਜਣਾਂ ਨੇ ਗੱਲ ਵੀ ਕੀਤੀ ਆ, ਕਿ ਉਹਨਾਂ ਨਾਲ ਉਹ ਢੁਕਵੇਂ ਤਰੀਕੇ ਨਾਲ ਡੀਲ ਕਰ ਸਕਣਗੇ? ਇਹ ਇੱਕ ਬਹੁਤ ਵੱਡਾ ਮਸਲਾ ਵਾ। ਤਾਮਿਲਨਾਡੂ ਜਿੱਥੇ ਉਹ ਪਿੱਛੇ ਜੇ ਜਾ ਕੇ ਵੀ ਆਏ ਨੇ, ਉੱਥੇ ਤੁਹਾਨੂੰ ਯਾਦ ਆ, ਤੁਹਾਨੂੰ ਪਤਾ ਹੀ ਆ ਕਿ 1991 'ਚ ਉਹਨਾਂ ਦੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਵੀ ਕਰ ਦਿੱਤੀ ਗਈ ਸੀ। ਇਹ ਇਸ ਕਰਕੇ ਕੀਤੀ ਗਈ ਸੀ ਕਿ ਕੁਝ ਤਾਮਿਲ ਲੋਕਾਂ ਨਾਲ ਉਹਨਾਂ ਨਾਲ ਉਹ ਤਾਮਿਲ ਲੋਕ ਜਿਹੜੇ ਆ ਉਹਨਾਂ ਨਾਲ ਨਾਰਾਜ਼ ਸਨ। ਉਹਨਾਂ ਨੂੰ ਲੱਗਦਾ ਸੀ ਵੀ ਸ਼੍ਰੀਲੰਕਾ 'ਚ ਉਹਨਾਂ ਨੇ ਭਾਰਤੀ ਫੌਜ ਤੋਂ ਬਹੁਤ ਸਾਰੇ ਆਪਣੇ ਲੋਕ ਯਾਨੀ ਤਾਮਿਲ ਜਿਹੜੇ ਸੀ ਉਹ ਮਰਵਾਏ ਸੀ। ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕ, ਖਾਸ ਕਰਕੇ ਸਿੱਖ, ਇੰਦਰਾ ਗਾਂਧੀ ਦੀਆਂ ਨੀਤੀਆਂ ਤੋਂ ਬਹੁਤ ਖਫਾ ਨੇ। ਇਸ ਕਰਕੇ ਮਿਸਿਸ ਗਾਂਧੀ ਦੀ ਹੱਤਿਆ ਵੀ ਤੁਹਾਨੂੰ ਪਤਾ ਹੀ ਆ ਕਿ ਹੋਈ ਸੀ। ਕੀ ਪੰਜਾਬ ਦੇ ਲੋਕ ਉਹਨਾਂ ਦੇ ਪਰਿਵਾਰ ਦੀਆਂ ਨੀਤੀਆਂ ਨੂੰ ਭੁੱਲ ਕੇ ਇੱਕ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹੋਣਗੇ? ਜੇ ਪੰਜਾਬ 'ਚ ਕਾਂਗਰਸ ਦੁਬਾਰਾ ਸੱਤਾ 'ਚ ਆਉਂਦੀ ਆ ਤਾਂ ਕੀ ਰਾਹੁਲ ਗਾਂਧੀ ਤਾਂ ਰਾਹੁਲ ਗਾਂਧੀ ਦਾ ਇਸ ਵਿੱਚ ਕੋਈ ਯੋਗਦਾਨ ਹੋਵੇਗਾ, ਜਾਂ ਫਿਰ ਸਿਰਫ ਕੈਪਟਨ ਅਮਰਿੰਦਰ ਸਿੰਘ ਜਾਂ ਕੁਝ ਹੋਰ ਜਿਹੜੇ ਲੀਡਰ ਆ ਉਹਨਾਂ ਦੀ ਕੋਸ਼ਿਸ਼ ਨਾਲ ਹੀ ਇਹ ਹੋ ਸਕੇਗਾ? ਕੁਝ ਹੋਰ ਵੀ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਹੈ। ਉਸ ਤੋਂ ਬਾਅਦ ਇੱਕ ਕਾਲ ਅਸੀਂ ਹੋਰ ਲੈ ਕੇ ਅਤੇ ਫਿਰ ਅਸੀਂ ਦੇਖ ਲਵਾਂਗੇ। ਹੈਲੋ ਕੰਵਰ ਸਾਹਿਬ, ਸਤਿ ਸ਼੍ਰੀ ਅਕਾਲ। ਅਵਤਾਰ ਸਿੰਘ ਛੀਨਾ ਗੱਲੇ ਨੂੰ ਕੈਲੀਫੋਰਨੀਆ। ਹਾਂਜੀ ਹਾਂਜੀ, ਅਵਤਾਰ ਸਿੰਘ ਜੀ ਦੱਸੋ ਤੁਹਾਡਾ ਕੀ ਵਿਚਾਰ ਹੈ ਇਸ ਮਸਲੇ 'ਤੇ? ਇਸ ਮਸਲੇ 'ਤੇ ਬਿਲਕੁਲ ਮੇਰਾ ਕੋਈ ਵਿਚਾਰ ਨਹੀਂ ਜੀ। ਮੈਂ ਬਿਲਕੁਲ ਇੱਕ ਨਵੇਕਲੀ ਪ੍ਰੋਬਲਮ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਅਗਰ ਇਜਾਜ਼ਤ ਦਿਓ ਤਾਂ। ਦੱਸੋ ਦੱਸੋ। ਅੱਛਾ ਜੀ, ਉਹ ਪ੍ਰੋਬਲਮ ਇਹ ਹੈਗੀ ਆ ਵੀ ਇੱਥੇ ਕੈਲੀਫੋਰਨੀਆ ਦੇ ਵਿੱਚ 4 ਜਾਂ 3 ਡਰਾਈਵਿੰਗ ਸਕੂਲ ਨੇ ਓਕੇ, ਜਿਨ੍ਹਾਂ ਦੇ ਓਨਰ ਪਕੜੇ ਗਏ ਨੇ ਲਾਇਸੈਂਸ, ਡਰਾਈਵਰ ਲਾਇਸੈਂਸ ਬਿਨਾਂ ਟ੍ਰੇਨਿੰਗ ਤੋਂ, ਬਿਨਾਂ ਇਮਤਿਹਾਨ ਤੋਂ ਬਣਾਉਣ ਦੇ ਲਈ, ਅਤੇ ਨਾਲ ਹੀ ਉਹਨਾਂ ਦੇ DMV ਦੇ ਕੁਝ ਅਧਿਕਾਰੀ ਪਕੜੇ ਗਏ ਨੇ। ਓਕੇ ਓਕੇ। ਮੈਂ ਆਪਦੇ ਭਰਾਵਾਂ ਨੂੰ ਤੁਹਾਡੇ ਮੀਡੀਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਵੀ ਭਰਾ ਮੇਰਿਓ, ਦੇਸ਼ ਦਾ ਨਾਂ ਇੰਨਾ ਉੱਚਾ ਨਾ ਕਰੋ। ਬੜਾ ਸੋਹਣਾ ਦੇਸ਼ ਆ, ਬੜਾ ਸੋਹਣਾ, ਬਹੁਤ ਕੁਛ ਦਿੱਤਾ ਇਸ ਦੇਸ਼ ਨੇ ਸਾਨੂੰ ਜੀ। ਮੇਰੀ ਬਿਲਕੁਲ ਹੱਥ ਬੰਨ ਕੇ ਬੇਨਤੀ ਆ ਵੀ ਭਰਾਵੋ, ਆਪਣਾ ਨੀਵਾਂ ਨਾ ਕਰੋ। ਬਿਲਕੁਲ ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਜਾਣਕਾਰੀ ਸ਼ੇਅਰ ਕੀਤੀ। ਇਹ ਇੱਕ ਡੈਫੀਨੇਟਲੀ ਬਹੁਤ ਸੀਰੀਅਸ ਮਸਲਾ ਵਾ। ਅਸੀਂ ਵੀ ਇੱਥੇ ਅਖਬਾਰਾਂ 'ਚ ਪੜ੍ਹਿਆ ਵਾ ਕਿ ਇਹ ਜਿਹੜੇ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਉੱਥੇ ਘਪਲਾ ਵਾ, ਸਕੈਮ ਜਿਹੜਾ ਉੱਥੇ ਅਨਰਥ ਹੋਇਆ ਵਾ, ਔਰ ਇਹਦੇ 'ਚ ਅਫਸੋਸ ਦੀ ਗੱਲ ਹੈ ਕਿ ਸਾਡੇ ਆਪਣੇ ਲੋਕ ਜਿਹੜੇ ਆ ਬਹੁਤ ਸਾਰੇ ਇਹਦੇ 'ਚ ਇਨਵੋਲਵਡ ਨੇ। ਮੇਰਾ ਖਿਆਲ ਆ ਇਹ ਕੰਮ ਇੱਥੇ ਆਪਾਂ ਵੇਖਦੇ ਰਹੇ ਹਾਂ ਵੀ ਇੱਥੇ ਹੁੰਦੇ ਆ, ਅਤੇ ਇਹੋ ਹੀ ਕੰਮ ਆਪਾਂ ਉੱਧਰ ਕਰਨ ਲੱਗ ਪਏ ਹਾਂ। ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਇਮੇਜ ਸਾਡੇ ਲੋਕਾਂ ਦੀ ਇਮੇਜ ਜਿਹੜੀ ਆ ਇਹ ਲੋਕਾਂ ਦੇ ਵਿੱਚ ਜਾਊਗੀ। ਸੋ ਮੇਰੇ ਖਿਆਲ ਇਸ ਇਹੋ ਜਿਹੀ ਚੀਜ਼ਾਂ ਦੇ ਵਿੱਚ ਆਪਾਂ ਨੂੰ ਬਿਲਕੁਲ ਨਹੀਂ ਪੈਣਾ ਚਾਹੀਦਾ। ਛੀਨਾ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਮਸਲੇ 'ਤੇ ਆਪਣੀ ਵਿਊ ਪੁਆਇੰਟ ਦਿੱਤੇ ਔਰ ਜਾਣਕਾਰੀ ਜਿਹੜੀ ਆ ਇਹ ਲੋਕਾਂ ਨਾਲ ਸ਼ੇਅਰ ਕੀਤੀ। ਕਿਸੇ ਦਿਨ ਇਹੋ ਜਿਹੇ ਸਾਰੇ ਮਸਲੇ ਲੈ ਕੇ ਆਪਾਂ ਦੁਬਾਰਾ ਇੱਕ ਡਿਬੇਟ ਕਰਾਂਗੇ। ਅੱਜ ਆਪਾਂ ਗੱਲ ਕਰ ਰਹੇ ਹਾਂ ਰਾਹੁਲ ਗਾਂਧੀ ਦੀ, ਔਰ ਕੀ ਉਹ ਪਾਰਟੀ ਨੂੰ ਦੁਬਾਰਾ ਤੋਂ ਰਿਵਾਈਵ ਕਰ ਸਕਦੇ ਆ, ਕਾਂਗਰਸ ਪਾਰਟੀ ਨੂੰ ਰਿਵਾਈਵ ਕਰ ਸਕਦੇ ਆ, ਇਹ ਮਸਲਾ ਆਪਾਂ ਇਸੇ ਤਰ੍ਹਾਂ ਹੀ ਵਿਚਾਰਦੇ ਰਹਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ। ਇਨਫੈਕਟ ਅਸੀਂ ਗੱਲ ਕਰ ਰਹੇ ਹਾਂ ਰਾਹੁਲ ਗਾਂਧੀ ਦੀਆਂ ਕਾਂਗਰਸ ਪਾਰਟੀ ਨੂੰ ਰਿਵਾਈਵ ਕਰਨ ਦੀਆਂ ਕੋਸ਼ਿਸ਼ਾਂ। ਸਮਾਂ ਸਾਡੇ ਕੋਲ ਬਹੁਤ ਥੋੜ੍ਹਾ ਵਾ, ਪਰ 2-3 ਸਾਡੇ ਨਾਲ ਕਾਲਰ ਜਿਹੜੇ ਜੁੜੇ ਆ ਅਸੀਂ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਹੈਲੋ ਹੈਲੋ। ਹਾਂਜੀ ਭਾਈ ਸਾਹਿਬ, ਥੋੜ੍ਹਾ ਉੱਚੀ ਬੋਲਿਓ। ਹੈਲੋ ਹੈਲੋ। ਹਾਂਜੀ ਹਾਂਜੀ, ਕੌਣ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਭਜਨ ਸਿੰਘ ਔਲਖ ਬੋਲ ਰਿਹਾ। ਹਾਂਜੀ ਹਰਭਜਨ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਸਮਾਂ ਥੋੜ੍ਹਾ ਵਾ, ਇਸ ਕਰਕੇ ਥੋੜ੍ਹਾ ਸੰਖੇਪ ਦੇ ਵਿੱਚ ਗੱਲ ਕਰਿਓ। ਮੈਂ ਸਿਆਟਲ ਤੋਂ ਬੋਲ ਰਿਹਾ। ਹਾਂਜੀ। ਔਰ ਤੁਹਾਡੀ ਅੱਛਾ ਉਹ
ਬਿਲਕੁਲ ਅਨਾੜੀ ਖਿਡਾਰੀ ਆ ਰਾਜੀਵ ਗਾਂਧੀ, ਰਾਹੁਲ ਗਾਂਧੀ ਗਾਂਧੀ, ਹਾਂਜੀ, ਤੇ ਇਹਦਾ ਬਿਲਕੁਲ ਕੋਈ ਭਵਿੱਖ ਨਹੀਂ ਗਾ। ਓਕੇ, ਇਹਨੇ ਅੱਗੇ ਤਾਂ ਕਾਂਗਰਸ ਨੂੰ ਤੋੜਿਆ ਆ, ਇਹਦੇ ਤੇ ਇੰਨੇ ਮਜ਼ਾਕ ਬਣੇ ਨੇ ਕਿ ਕੋਲਾਂ ਫਾਰਮਰਸ ਮੀਟਿੰਗ ਤੇ ਸੱਦਿਆ ਇਹਨੂੰ, ਔਰ ਇਹਨੇ ਕਿਹਾ ਵੀ ਕੱਲ ਲਾਲ ਮਿਰਚ ਦਾ ਕੀ ਭਾਅ ਆ, ਕਹਿੰਦੇ ਇੰਨਾ, ਹਰੀ ਦਾ ਇੰਨਾ, ਕਹਿੰਦਾ ਫਿਰ ਕਿਸਾਨਾਂ ਦਾ ਆਪਣਾ ਕਸੂਰ ਹੈ, ਇਹ ਹਰੀ ਮਿਰਚ ਕਿਉਂ ਨੀ ਬੀਜਦੇ, ਲਾਲ ਕਿਉਂ ਬੀਜਦੇ। ਖੈਰ ਇੱਕ ਗੱਲ ਤੁਸੀਂ ਬੜੀ ਕਲੀਅਰ, ਤੁਹਾਡਾ ਵਿਚਾਰ ਬੜਾ ਸਪਸ਼ਟ ਹੈ ਕਿ ਉਹ ਅਨਾੜੀ ਖਿਡਾਰੀ ਆ। ਇਨਫੈਕਟ ਇਹ ਪਤਾ ਨਹੀਂ ਵੀ ਉਹਨਾਂ ਨੂੰ, ਮੇਰੇ ਖਿਆਲ ਲਾਲ ਮਿਰਚ ਔਰ ਹਰੀ ਮਿਰਚ ਦਾ ਤਾਂ ਸ਼ਾਇਦ ਪਤਾ ਜ਼ਰੂਰ ਉਹਨਾਂ ਨੂੰ ਹੋਊਗਾ ਹੀ, ਇਹ ਤਾਂ ਗੱਲਾਂ ਬਣ ਜਾਂਦੀਆਂ। ਖੈਰ ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਆ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਜਾਨ, ਮੈਂ ਅਜੀਤ ਸਿੰਘ ਸੂਚ ਬੋਲਦਾ ਕੈਲੀਫੋਰਨੀਆ। ਹਾਂਜੀ ਹਾਂਜੀ ਸੂਚ ਜੀ, ਸਮਾਂ ਬਿਲਕੁਲ ਥੋੜ੍ਹਾ ਜਿਹਾ, ਸਿਰਫ 15-20 ਸੈਕਿੰਡ ਹੈ ਆਪਣੇ ਕੋਲ। ਜੀ ਜੀ, ਇਹ ਕਾਂਗਰਸ ਪਾਰਟੀ ਬੜੀ ਪੁਰਾਣੀ ਪਾਰਟੀ ਹੈ, ਕਮਜ਼ੋਰੀ ਆ ਜਾਂਦੀ ਹਰ ਪਾਰਟੀ ਵਿੱਚ ਜਦੋਂ ਸਾਰੀਆਂ ਤਾਕਤਾਂ ਆਪਣੇ ਕੋਲ, ਉੱਪਰ ਦਾ ਪ੍ਰਧਾਨ ਮੰਤਰੀ, ਉਹ ਪ੍ਰਧਾਨ ਮੰਤਰੀ ਜਿਹੜੇ ਲੋਕ ਇਹ ਆਪਣੇ ਕੋਲ ਰੱਖ ਲੈਂਦੇ ਆ। ਚਾਹੀਦਾ ਹੈਗਾ ਵੀ ਇਹਨਾਂ ਨੂੰ ਇਹੋ ਜਿਹੀਆਂ ਤਾਕਤਾਂ ਜਿਹੜੀਆਂ, ਲੋਕ ਬੜੇ ਸਿਆਣੇ ਬੰਦੇ ਆ, ਪੜ੍ਹੇ ਲਿਖੇ ਬੰਦੇ ਹੈਗੇ, ਉਹਨਾਂ ਨੂੰ ਕੋਈ ਨਾ ਕੋਈ ਤਾਕਤ ਦੇਣੀ ਚਾਹੀਦੀ ਆ, ਤਾਂ ਕਿ ਲੋਕ ਇਹਨਾਂ, ਹੁਣ ਲੋਕ ਹੁਣ ਇਹ ਆਪਣੇ ਖਾਨਦਾਨ ਨਾਲ ਜੁੜੇ, ਕਾਂਗਰਸ ਪਾਰਟੀ ਨਾਲ ਲੋਕ ਨਹੀਂ ਜੁੜੇ, ਇਹਨਾਂ ਦੇ ਨਹਿਰੂ ਖਾਨਦਾਨ ਨਾਲ ਲੋਕ ਜੁੜੇ ਹੋਏ ਆ। ਜਿਹੜਾ ਰਾਹੁਲ ਗਾਂਧੀ ਹੈਗਾ, ਬੜਾ ਸਿਆਣਾ ਬੰਦਾ ਹੈਗਾ, ਇਹ ਕਈ ਵਾਰ ਸੱਚ ਬੋਲਣ ਦੀ ਕੋਸ਼ਿਸ਼ ਕਰਦਾ, ਅਨਾੜੀ ਹੈਗਾ ਪਰ ਸੱਚ ਬੋਲਣ ਦੀ ਕੋਸ਼ਿਸ਼, ਕਈ ਵਾਰ ਕਈ ਪੁਆਇੰਟਾਂ ਤੇ ਆ ਕੇ ਸੱਚ ਦੱਸਿਆ ਵੀ ਹਾਂ ਵੀ ਸਾਡੇ ਤੋਂ ਗਲਤੀ ਹੋਈ ਆ, ਹੋਰ ਕੋਈ ਲੀਡਰ ਅੱਜ ਤੱਕ ਇੱਦਾਂ ਦਾ ਆਇਆ ਨਹੀਂ ਵੀ ਸਾਡੇ ਕੋਲ ਗਲਤੀ ਹੋਈ ਆ। ਸੋ ਮੇਰਾ ਇੰਨਾ ਹੀ ਕਹਿਣਾ ਮਤਲਬ ਹੈਗਾ ਵੀ ਇਹਨਾਂ ਨੂੰ ਕੋਈ ਨਾ ਕੋਈ ਅਹੁਦਾ ਜਿਹੜਾ ਬਾਹਰ ਆਮ ਪਬਲਿਕ 'ਚ ਦੇਣਾ ਚਾਹੀਦਾ, ਪਾਰਟੀ ਨੂੰ ਜਿਹੜੀਆਂ ਪਾਵਰਸ ਆ ਉਹ ਡੈਲੀਗੇਟ ਕਰਨੀਆਂ ਚਾਹੀਦੀਆਂ ਵਾ, ਵੰਡਣੀਆਂ ਚਾਹੀਦੀਆਂ ਵਾ। ਬਿਲਕੁਲ, ਬੜਾ ਕਲੀਅਰ ਵਿਚਾਰ ਹੈ ਤੁਹਾਡਾ। ਮੇਰਾ ਖਿਆਲ ਹੈ ਕਿ ਰਾਹੁਲ ਗਾਂਧੀ ਵੱਲੋਂ ਕੋਸ਼ਿਸ਼ਾਂ ਕਾਫੀ ਹੱਦ ਤੱਕ ਸ਼ਲਾਘਾਯੋਗ ਨੇ, ਪਰ ਕੁਝ ਮਸਲਿਆਂ 'ਚ ਜਿਵੇਂ ਕਿ ਤਾਮਿਲਨਾਡੂ, ਕਸ਼ਮੀਰ, ਨੌਰਥ ਈਸਟ ਅਤੇ ਪੰਜਾਬ 'ਚ, ਉਹਨਾਂ ਨੂੰ ਉੱਥੋਂ ਦੇ ਹਾਲਾਤਾਂ ਦੇ ਇਤਿਹਾਸ ਉੱਪਰ ਮੇਰੇ ਖਿਆਲ ਗੌਲ ਕਰਨਾ ਹੋਵੇਗਾ। ਇਹਨਾਂ ਥਾਵਾਂ ਉੱਤੇ ਇੱਕ ਨਵੀਂ ਸ਼ੁਰੂਆਤ ਵਾਸਤੇ ਇੱਕ ਨਵੀਂ ਸੋਚ ਜਿਹੜੀ ਆ ਉਹ ਜ਼ਾਹਰ ਕਰਨੀ ਹੋਵੇਗੀ, ਉਹਨਾਂ ਦਾ ਵੱਡਾ ਇਮਤਿਹਾਨ ਹੋਵੇਗਾ, ਯਾਨੀ ਇਹ ਉਹਨਾਂ ਦਾ ਇੱਕ ਤਰੀਕੇ ਨਾਲ ਲਿਟਮਸ ਟੈਸਟ ਹੋਵੇਗਾ। ਹੁਣ ਅੱਜ ਇੰਨਾ ਹੀ, ਹੁਣ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।